ਹੱਥ ਜੋੜ ਵੰਦਨਾ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹੱਥ ਜੋੜ ਵੰਦਨਾ ਕਰਾਂ ਹੱਥ ਜੋੜ ਵੰਦਨਾ ਕਰਾਂ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹੱਥ ਜੋੜ ਵੰਦਨਾ ਕਰਾਂ ਹੱਥ ਜੋੜ ਵੰਦਨਾ ਕਲਗੀ ਸੋਹਣੀ ਸੱਜਦੀ ਸੀਸ ਉੱਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੈਰ ਉਯਾਇਨੀ ਜੇ ਹੱਕੇ ਗਫਲਤ ਬਵਦ ਯਾਦ ਉਹ ਸਰਮਾਇਆ ਦੌਲਤ ਬਵਦ ਗੈਰ ਉਯਾਇਨੀ ਜੇ ਹੱਕੇ ਗਫਲਤ ਬਵਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰੂ ਕੀ ਸੰਗਤ ਦੇ ਅਤਿਅੰਤ ਵੱਡੇ ਭਾਗ ਨੇ ਜੋ ਕਿ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤਿਨ੍ਹਾਂ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਰਗੋਬਿੰਦਪੁਰੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਤਿਗੁਰਾਂ ਦੇ ਸੱਚੇ ਦਰਬਾਰ ਦੇ ਦਰਸ਼ਨ ਦੀਦਾਰ ਕਰ ਆਪ ਗੁਰੂ ਕੀਆਂ ਸੰਗਤਾਂ ਲਾਹੇ ਨੂੰ ਪ੍ਰਾਪਤ ਕਰ ਰਹੀਆਂ ਹੋ ਔਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਵਰਵਸਾਏ ਹੋਏ ਸਤਿਗੁਰਾਂ ਦੇ ਮਹਾਨ ਪ੍ਰੇਮੀ ਨੇਮੀ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਤਿਨ੍ਹਾਂ ਦੀ ਯਾਦ ਦੇ ਵਿੱਚ ਜੁੜ ਕਰਕੇ ਤਿਨ੍ਹਾਂ ਦੇ ਸਰਵਉੱਚ ਰਚਨਾ ਜ਼ਿੰਦਗੀ ਨਾਮੇ ਦੀ ਕਥਾ ਆਪ ਗੁਰੂ ਕੀਆਂ ਸੰਗਤਾਂ ਸਰਵਣ ਕਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਿਮਾ ਹਰ ਰੋਜ਼ ਕਰ ਰਹੀਆਂ ਹੋ ਦੁਨੀਆ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕਰਕੇ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿੱਜੀ ਨੂਰਾਨੀ ਕੌਤਕਾਂ ਦੇ ਦਰਸ਼ਨ ਕਰਨੇ ਹੋਣ ਜਾਂ ਦਸਵੇਂ ਪਾਤਸ਼ਾਹ ਜੀ ਦਾ ਬਖਸ਼ਿੰਦਗੀ ਭਰਿਆ ਜੀਵਨ ਤੱਕਣਾ ਹੋਵੇ ਤਾਂ ਭਾਈ ਗੁਰਦਾਸ ਸਾਹਿਬ ਜੀ ਭਾਈ ਨੰਦ ਲਾਲ ਸਾਹਿਬ ਜੀ ਇਹਨਾਂ ਦੀ ਰਚਨਾ ਨੂੰ ਪੜ੍ਹ ਕਰਕੇ ਦੇਖੇ ਤਾਂ ਸਤਿਗੁਰਾਂ ਦੇ ਮਨੋਹਰ ਕੌਤਕ ਜਿੱਥੇ ਸਮਝ ਵਿੱਚ ਆਉਂਦੇ ਹਨ ਉੱਥੇ ਗੁਰੂ ਖਾਲਸਾ ਜੀ ਮਨ ਨੂੰ ਆਨੰਦ ਮਨ ਨੂੰ ਠੰਡਕ ਔਰ ਸ਼ਾਂਤੀ ਪਹੁੰਚਦੀ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ ਜਿਵੇਂ ਸੂਖਮ ਤੋਂ ਸੂਖਮ ਕੋਈ ਚੀਜ਼ ਵੇਖਣੀ ਹੋਵੇ ਤਾਂ ਉਹ ਐਨਕ ਦੇ ਨਾਲ ਖੁਰਦਬੀਨ ਦੇ ਨਾਲ ਦੂਰਬੀਨ ਦੇ ਨਾਲ ਦੇਖੀ ਜਾਂਦੀ ਹੈ। ਸਤਿਗੁਰਾਂ ਦੇ ਕੌਤਕ ਬੜੇ ਸੂਖਮ ਨੇ
ਜਿਹੜੇ ਆਮ ਅਕਲ ਦੇ ਨਾਲ ਆਮ ਬੁੱਧੀ ਦੇ ਨਾਲ ਗੁਰੂ ਖਾਲਸਾ ਜੀ ਸਮਝੇ ਨਹੀਂ ਜਾ ਸਕਦੇ। ਸਤਿਗੁਰਾਂ ਦੇ ਕੌਤਕ ਦੇਖ ਕਰਕੇ ਵੱਡੇ ਵੱਡੇ ਸ਼ੰਕਾਗ੍ਰਸੀ ਹੋ ਜਾਂਦੇ ਨੇ ਔਰ ਸਤਿਗੁਰਾਂ ਦੀ ਬੇਅਦਬੀ ਕਰਕੇ ਵੱਡੇ ਦੋਸ਼ ਦੇ ਭਾਗੀਦਾਰ ਬਣ ਜਾਂਦੇ ਹਨ। ਐਸੇ ਸਤਿਗੁਰਾਂ ਦੇ ਸੂਖਮ ਤੋਂ ਸੂਖਮ ਕੌਤਕ ਦੇਖਣੇ ਹੋਣ। ਇੱਕ ਐਨਕ ਹੈ ਜਿਸ ਐਨਕ ਦੇ ਦੋ ਸ਼ੀਸ਼ੇ ਹਨ, ਉਹ ਐਨਕ ਗੁਰੂ ਖਾਲਸਾ ਜੀ ਪ੍ਰੇਮ ਦੀ ਮੁਹੱਬਤ ਦੀ ਹੈ ਔਰ ਉਸ ਐਨਕ ਦਾ ਇੱਕ ਸ਼ੀਸ਼ਾ ਹੈ ਭਾਈ ਗੁਰਦਾਸ ਸਾਹਿਬ ਦੀ ਰਚਨਾ ਔਰ ਦੂਜਾ ਸ਼ੀਸ਼ਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ, ਜਿਸ ਦੇ ਨਾਲ ਗੁਰਾਂ ਦੇ ਕੌਤਕ ਪ੍ਰੇਮ ਦੇ ਸਹਿਤ ਬਾ ਅਦਬ ਦੇਖੇ ਜਾ ਸਕਦੇ ਨੇ ਔਰ ਮਨ ਦੇ ਵਿੱਚ ਸ਼ਾਂਤੀ, ਮਨ ਦੇ ਵਿੱਚ ਆਨੰਦ, ਮਨ ਵਿੱਚ ਠਹਿਰਾਓ ਆਦਿਕ ਦੇ ਗੁਰੂ ਖਾਲਸਾ ਜੀ ਪ੍ਰਾਪਤੀ ਹੋ ਸਕਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਰਰੇ ਜਰਰੇ ਵਿੱਚ ਵੇਖਣ ਵਾਲੇ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਹੋਏ ਹਨ, ਜਿਨ੍ਹਾਂ ਨੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਹੀ ਨਹੀਂ ਕੀਤਾ, ਸਗੋਂ ਚਰਨਾਂ ਦੇ ਨਾਲ ਗੁਰੂ ਖਾਲਸਾ ਜੀ ਇੱਕ ਸਾਰਤਾ ਵੀ ਬਣਾਈ ਹੈ ਔਰ ਦੁਨੀਆਂ ਦੇ ਉੱਪਰ ਬੁਲੰਦ ਆਵਾਜ਼ ਵਿੱਚ ਆਖਿਆ ਹੈ, ਸਾਲਾਂ ਬੱਧੀ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਚਾਹਤ ਰੱਖੇ, ਉਮਰ ਭਰ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਭਗਤੀ ਕਰੇ, ਤਾਂ ਕਿਤੇ ਹਿਰਦੇ ਵਿੱਚ ਕਿਨਕਾ ਕੁ ਮਾਤਰ ਗੁਰੂ ਚਰਨਾਂ ਦਾ ਪਿਆਰ, ਗੁਰੂ ਚਰਨਾਂ ਦੀ ਭਗਤੀ, ਗੁਰ ਚਰਨਾਂ ਦੀ ਸੇਵਾ ਕਰਕੇ ਵੱਸਦੀ ਹੈ ਔਰ ਜਿਸ ਦੇ ਹਿਰਦੇ ਵਿੱਚ ਕਿਨਕਾ ਕੁ ਮਾਤਰ ਸੇਵਾ ਦੀ ਭਾਵਨਾ, ਸਤਿਗੁਰਾਂ ਦੇ ਚਰਨਾਂ ਦਾ ਪਿਆਰ, ਸਤਿਗੁਰਾਂ ਦੀ ਬੰਦਗੀ ਆ ਕਰਕੇ ਵੱਸ ਗਈ, ਉਹ ਕਿਨਕੇ ਕੁ ਜਿੰਨੀ ਬੰਦਗੀ, ਕਿਨਕੇ ਕੁ ਜਿੰਨੀ ਸੇਵਾ ਦੀ ਭਾਵਨਾ ਪ੍ਰਾਪਤ ਕਰਕੇ ਸਹਿਜੇ ਹੀ ਸੰਸਾਰ ਦੇ ਵਿੱਚ ਅਨੋਖੇ ਸੂਰਜ ਵਾਂਗ ਹੋ ਜਾਂਦਾ ਹੈ, ਸੂਰਜ ਵਾਂਗ ਚਮਕਦਾ ਹੈ, ਉਸ ਦੀ ਦਮਕ ਬਣ ਜਾਂਦੀ ਹੈ ਔਰ ਜਿਹੜੇ ਗੈਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ, ਉਹ ਲੋਕ ਵਿੱਚ ਵੀ ਧੱਕੇ ਖਾਂਦੇ ਨੇ, ਉਹ ਪਰਲੋਕ ਵਿੱਚ ਵੀ ਧੱਕੇ ਖਾਂਦੇ ਨੇ, ਨਾ ਉਹਨਾਂ ਦਾ ਇੱਥੇ ਕੁਝ ਬਣਦਾ ਹੈ, ਨਾ ਉਹਨਾਂ ਦਾ ਅੱਗੇ ਪਰਲੋਕ ਵਿੱਚ ਹੀ ਕੁਝ ਬਣਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬ੍ਰਹਮ ਗਿਆਨੀਆਂ ਨੂੰ ਪੁੱਛਣ ਲੱਗਾ, ਗਿਆਸੂਦੀਨ ਮੌਲਵੀ ਮਿੱਤਰ ਹੈ, ਬਹਾਦਰ ਸ਼ਾਹ ਦੀ ਸਭਾ ਦੇ ਵਿੱਚ ਸਿਪਾਹ ਸਲਾਰ ਹੈ ਔਰ ਗੁਰੂ ਖਾਲਸਾ ਜੀ ਫੌਜਾਂ ਦਾ ਮੀਤ ਜਥੇਦਾਰ ਹੈ ਔਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਨਾਲ ਪਿਆਰ ਹੈ, ਆਗਰੇ ਤੋਂ ਨਾਲ ਤੁਰਿਆ ਹੈ ਕਿ ਚੱਲ ਮੈਂ ਤੈਨੂੰ ਨੰਦਾਂ ਦੀ ਪੁਰੀ ਵਿੱਚ ਛੱਡ ਕੇ ਆਉਣਾ ਹਾਂ। ਉਹ ਕਹਿਣ ਲੱਗਾ, ਨੰਦ ਲਾਲ ਜੀ, ਗੈਰ ਦਾ ਅਰਥ ਬਗਾਨਾ ਹੁੰਦਾ ਹੈ, ਪਰਾਇਆ ਹੁੰਦਾ ਹੈ, ਇਹ ਅਰਬੀ ਫਾਰਸੀ ਦੇ ਕੋਸ਼ਾਂ ਵਿੱਚ ਲੁਗਾਤਾਂ ਵਿੱਚ ਲਿਖਿਆ ਹੈ, ਤੁਹਾਡੀ ਅਕਲ ਦੀ ਲੁਗਾਤ ਵਿੱਚ, ਅਕਲ ਦੇ ਕੋਸ਼ ਵਿੱਚ, ਫਕੀਰਾਂ ਦੀ ਡਿਕਸ਼ਨਰੀ ਦੇ ਵਿੱਚ ਗੈਰ ਦਾ ਮਹਿਨਾ ਕੀ ਹੈ, ਗੈਰ ਕਿਹਨੂੰ ਕਹਿੰਦੇ ਨੇ? ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਫਰਮਾਇਆ ਹੈ,
ਆਓ ਅੱਜ ਦੀ ਕਥਾ ਦੇ ਵਿੱਚ ਜ਼ਿੰਦਗੀਨਾਮਾ ਗ੍ਰੰਥ ਦਾ 227ਵਾਂ ਸ਼ੇਰ ਸ਼ੁਰੂ ਹੋ ਰਿਹਾ ਹੈ। ਧਿਆਨ ਕਰੀਏ ਗੁਰੂ ਕਲਗੀਧਰ ਦੇ ਚਰਨਾਂ ਕਮਲਾਂ ਦਾ, ਧਿਆਨ ਕਰੀਏ ਭਾਈ ਸਾਹਿਬ ਭਾਈ ਨੰਦ ਲਾਲ ਜੀ ਬ੍ਰਹਮ ਗਿਆਨੀਆਂ ਦੇ ਚਰਨਾਂ ਦਾ, ਔਰ ਇਸਨਾਂ ਨੂੰ ਪਾਵਨ ਕਰੀਏ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੈਰ ਉਯਾਇਨੀ ਜੀ ਹੱਕੇ ਗਫਲਤ ਬਵਦ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਉਹ ਗਿਆਸੂਦੀਨਾ ਉਹ ਮਿੱਟੀ ਦੀਆਂ ਮਾਧਵਾ। ਗੈਰ ਦਾ ਅਰਥ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਗਾਨਾ ਹੋਇਆ, ਜਾਂ ਗੈਰੇ ਊ ਉਸ ਗੁਰੂ ਗੋਬਿੰਦ ਸਿੰਘ ਜੀ ਤੋਂ ਬਗਾਨੇ ਹੋਏ ਦਾ ਅਰਥ ਮੇਰੇ ਅਕਲ ਦੇ ਕੋਸ਼ ਵਿੱਚ ਇਹ ਆਉਂਦਾ ਹੈ ਕਿ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਜਾਂ ਰੱਬ ਤੋਂ ਅਵੇਸਲਾ ਹੋ ਗਿਆ ਨਾ, ਸਮਝ ਲਓ ਗੁਰੂ ਗੋਬਿੰਦ ਸਿੰਘ ਜੀ ਤੋਂ ਬਗਾਨਾ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਿਆਨੀ ਦਾ ਅਰਥ ਹੈ ਮਤਲਬ, ਗੁਰੂ ਗੋਬਿੰਦ ਸਿੰਘ ਜੀ ਉਹ ਉਸ ਗੁਰੂ ਗੋਬਿੰਦ ਸਿੰਘ ਜੀ ਤੋਂ ਬਗਾਨਾ ਕੌਣ ਹੋਇਆ ਹੈ, ਇਸ ਦਾ ਮਤਲਬ ਇਹ ਹੈ ਜਿਹੜਾ ਹੱਕੇ ਸੱਚੇ ਖੁਦਾ ਤੋਂ ਸੱਚੇ ਰੱਬ ਜ਼ੇ ਤੋਂ ਗਫਲਤ ਅਵੇਸਲਾ ਬਵਦ ਹੋ ਜਾਂਦਾ ਹੈ ਨਾ, ਸਮਝ ਲਓ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੋਂ ਗੈਰ ਹੋ ਗਿਆ, ਬਗਾਨਾ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਹੀਂ ਬੇਗਾਨਗੀ ਕੀਤੀ, ਉਸਨੇ ਆਪਣੇ ਅੱਲਾ ਦੇ ਨਾਲ ਆਪਣੇ ਰਾਮ ਦੇ ਨਾਲ ਆਪਣੇ ਭਗਵਾਨ ਦੇ ਨਾਲ ਅਵੇਸਲਾਪੁਣ ਕਰ ਲਿਆ, ਬੇਗਾਨਗੀ ਕਰ ਲਈ। ਇਸ ਲਈ ਉਹ ਗਿਆਸੂਦੀਨਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਰਾਏ ਹੋਏ ਨੇ ਉਸ ਮੇਰੇ ਮਾਲਕ ਤੋਂ, ਉਹਦੇ ਤੋਂ ਗੈਰ ਬਣ ਕੇ ਵੱਖਰੇ ਪਾਤਸ਼ਾਹੀਆਂ ਦੇ ਮਾਣ ਕਰ ਬੈਠੇ ਨੇ, ਮੈਂ ਸਮਝਦਾ ਏ ਉਹਨਾਂ ਦੀ ਬੇਗਾਨਗੀ ਦਾ ਮਤਲਬ ਕਿ ਉਹ ਆਪਣੇ ਹੱਕ ਸੱਚੇ ਰੱਬ ਤੋਂ ਹੀ ਸੱਚੇ ਖੁਦਾ ਤੋਂ ਹੀ ਅਵੇਸਲੇ ਹੋ ਗਏ ਨੇ। ਮੇਰੇ ਗੁਰੂ ਗੋਬਿੰਦ ਸਿੰਘ ਦਾ ਦਰ ਕਾਹਦਾ ਉਹਨਾਂ ਨੇ ਛੱਡਿਆ ਹੈ, ਉਹਨਾਂ ਨੇ ਆਪਣੇ ਖੁਦਾ ਦਾ ਹੀ ਦਰ ਛੱਡ ਲਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ਗੁਰ ਪਰਮੇਸ਼ਰ ਇੱਕੋ ਜਾਨ, ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਖੁਦਾ ਇੱਕ ਨੇ। ਉਸ ਖੁਦਾਇਆਂ ਵਿੱਚ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਖਾਲਸਾ ਜੀ ਸਾਈਂ ਮੀਆਂ ਮੀਰ ਜੀ ਦੇ ਪਾਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨਾ, ਤਾਂ ਸਾਈਂ ਜੀ ਆਪਣੀ ਉੱਚੀ ਮਜ਼ਾਰ ਤੋਂ ਹੇਠਾਂ ਆਉਂਦੇ ਔਰ ਸੱਚੇ ਪਾਤਸ਼ਾਹ ਜੀ ਦਾ ਘੋੜਾ ਅੱਗੋਂ ਪਕੜ ਕੇ ਮਹਾਰਾਜ ਨੂੰ ਘੋੜੇ 'ਤੇ ਬਿਠਾ ਕੇ ਆਪ ਤੁਰ ਕੇ ਪੰਧ ਤੈਅ ਕਰਦੇ ਔਰ ਆਪਣੀ ਮਜ਼ਾਰ ਉੱਪਰ ਆਪਣੇ ਟਿੱਲੇ 'ਤੇ ਲੈ ਕੇ ਵੀ ਜਾਂਦੇ ਔਰ ਆਪਣੇ ਟਿੱਲੇ ਤੋਂ ਹੇਠਾਂ ਵੀ ਪਹਿਚਾਉਂਦੇ। ਉਸ ਸਮੇਂ ਦੇ ਗੁਰੂ ਖਾਲਸਾ ਜੀ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਕਿਸੇ ਨੇ ਸਾਈਂ ਮੀਆਂ ਮੀਰ ਦੀ ਸ਼ਿਕਾਇਤ ਕੀਤੀ ਕਿ ਇਹ ਤਾਂ ਹਿੰਦੂਆਂ ਦੇ ਪੀਰ ਦਾ ਘੋੜਾ ਫੜੀ ਫਿਰਦੇ ਨੇ, ਇਸਲਾਮ ਦੀ ਤੁਹੀਨ ਕਰਦੇ ਨੇ, ਜਦ ਸਭਾ ਵਿੱਚ ਆਉਂਦੇ ਨੇ ਤੁਸੀਂ ਇਹ ਸਾਈਂ ਮੀਆਂ ਮੀਰ ਦਾ ਬੜਾ ਸਤਿਕਾਰ ਕਰਦੇ ਹੋ, ਇਹਨਾਂ ਨੂੰ ਫਤਵਾ ਲੱਗਣਾ ਚਾਹੀਦਾ ਹੈ, ਫਤਵਾ ਜਾਰੀ ਹੋਣਾ ਚਾਹੀਦਾ ਹੈ। ਜਦ ਗੁਰੂ ਖਾਲਸਾ ਜੀ ਸਾਈਂ ਮੀਆਂ ਮੀਰ ਨੂੰ ਬੁਲਾਇਆ ਗਿਆ
ਸਾਈਂ ਜੀ ਆਖਣ ਲੱਗੇ, ਮੈਨੂੰ ਨਹੀਂ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਹਿੰਦੂਆਂ ਦੇ ਪੀਰ ਨੇ ਕਿ ਮੁਸਲਮਾਨਾਂ ਦੇ ਨੇ। ਮੈਂ ਤਾਂ ਜਦੋਂ ਆਪਣੀ ਸੁਰਤ ਨੂੰ ਠਹਿਰਾ ਕੇ ਉਸ ਖੁਦਾ ਦੀ ਦਰਗਾਹ ਦੇ ਵਿੱਚ ਆਪਣੀ ਸੁਰਤ ਨੂੰ ਲੈ ਕੇ ਜਾਂਦਾ ਹਾਂ, ਜਿਸ ਅੰਗੀਠੀ ਵਿੱਚ ਆ ਕੇ ਜਿਸ ਆਸਣ ਸੰਘਾਸਨ 'ਤੇ ਖੁਦਾ ਨੇ ਬੈਠਣਾ ਹੁੰਦਾ, ਉਸ ਆਸਣ ਸੰਘਾਸਨ 'ਤੇ ਹੋਰ ਕੋਈ ਦੂਜਾ ਖੁਦਾ ਨਹੀਂ ਆ ਕੇ ਬਹਿੰਦਾ, ਉਸ ਆਸਣ ਸੰਘਾਸਨ 'ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠਦੇ ਨੇ। ਮੈਨੂੰ ਤਾਂ ਇਹਨਾਂ ਦਾ ਦਰਸ਼ਨ ਹੀ ਉਸ ਖੁਦਾਈ ਦਰਗਾਹ ਦੇ ਵਿੱਚ ਹੁੰਦਾ ਹੈ। ਮੈਨੂੰ ਨਹੀਂ ਪਤਾ ਇਹ ਹਿੰਦੂਆਂ ਦੇ ਪੀਰ ਨੇ ਕਿ ਮੁਸਲਮਾਨਾਂ ਦੇ ਪੀਰ ਨੇ, ਮੈਂ ਤਾਂ ਇਹਨਾਂ ਨੂੰ ਖੁਦਾ ਜਾਣਦਾ ਹਾਂ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਗਾਨੇ ਹੁੰਦੇ ਨੇ ਉਹ ਲੋਕ ਪਰਲੋਕ ਦੀਆਂ ਠੋਕਰਾਂ ਖਾਂਦੇ ਨੇ, ਜਿਹੜੇ ਗੈਰ ਬਣਦੇ ਨੇ ਗੁਰੂ ਤੋਂ। ਉਹ ਗਿਆਸੂਦੀਨ ਨੇ ਆਖਿਆ, ਗੁਰੂ ਗੋਬਿੰਦ ਸਿੰਘ ਜੀ ਤੋਂ ਗੈਰ ਕਿਹੜੇ ਹੁੰਦੇ ਨੇ, ਇਹਦਾ ਮਤਲਬ ਕਿਆ ਹੈ? ਕਹਿੰਦੇ, ਜਿਹੜੇ ਗੁਰੂ ਗੋਬਿੰਦ ਸਿੰਘ ਤੋਂ ਗੈਰ ਹੁੰਦੇ ਹਨ, ਉਹਦਾ ਮਤਲਬ ਹੈ ਵੀ ਉਹ ਆਪਣੇ ਖੁਦਾ ਤੋਂ ਹੀ ਅਵੇਸਲੇ ਹੋ ਜਾਂਦੇ ਨੇ, ਆਪਣੇ ਖੁਦਾ ਤੋਂ ਹੀ ਗੈਰ ਬਣ ਜਾਂਦੇ ਨੇ, ਖੁਦਾ ਤੋਂ ਹੀ ਗਾਫਲ ਹੋ ਜਾਂਦੇ ਨੇ। ਜਿਹੜੇ ਖੁਦਾ ਤੋਂ ਗਾਫਲ ਹੋ ਗਏ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੇਗਾਨਗੀ ਭਾਵ ਰੱਖਦੇ ਨੇ, ਇਹ ਗੈਰੇ ਉਹਦਾ ਮਤਲਬ ਹੈ ਗਿਆਸੂਦੀਨਾ। ਦੌਲਤ ਬਵਦ, ਇਸ ਵਾਸਤੇ ਗਿਆਸੂਦੀਨਾ ਉਸ ਗੁਰੂ ਗੋਬਿੰਦ ਸਿੰਘ ਦੀ ਜਾਤ ਦੇ ਵਿੱਚ ਜੁੜਨਾ ਕਰ। ਸ਼ੁਭ ਕਰਮਾਂ ਰੂਪੀ ਦੌਲਤ ਦਾ ਇਹ ਅਸਲੀ ਸਰਮਾਇਆ ਹੀ ਅਸਲੀ ਪੂੰਜੀ ਬਵਦ ਹੁੰਦੀ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਹੈ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਕਰਦੇ ਨੇ ਨਾ, ਉਹ ਕਹਿੰਦੇ, ਭਾਉ ਅਸੀਂ ਭਾਗਟ ਸ਼ਾਹੂਕਾਰ ਹੁੰਦੇ ਹਾਂ, ਅਸੀਂ ਬੜੇ ਧਨ ਵਾਲੇ ਹੁੰਦੇ ਹਾਂ, ਕਿਉਂਕਿ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਨਾਮ ਹੈ। ਨਾਮ ਦੇ ਤੁੱਲ ਸੰਸਾਰ ਦੇ ਵਿੱਚ ਕੋਈ ਮਨੁੱਖੀ ਦੌਲਤ ਨਹੀਂ ਹੈ। ਅਸੀਂ ਸਹਿਜੇ ਹੀ ਆਪਣੀ ਜ਼ਬਾਨ ਤੋਂ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਂਦੇ ਹਾਂ, ਇਸ ਵਾਸਤੇ ਅਸੀਂ ਵੱਡੇ ਸ਼ਾਹੂਕਾਰਾਂ ਦੇ ਸ਼ਾਹੂਕਾਰ ਹਾਂ। ਗੁਰਬਾਣੀ ਵਿੱਚ ਲਿਖਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਨਾਮ ਦੀ ਬੰਦਗੀ ਦੀ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ, ਉਹ ਦੁਨੀਆਂ ਦੇ ਉੱਪਰ ਭਾਈ ਵੱਡਾ ਪਾਤਸ਼ਾਹ ਤੋਂ ਪਾਤਸ਼ਾਹ ਹੈ। ਜੀਦਨੇ ਉਹ ਤਾਂ ਮੁਜੱਸਰ ਮੇ ਸਬਦ, ਉਹ ਗਿਆਸੂਦੀਨਾ ਤੇਰਾ ਮਨ ਸ਼ੰਕਾ ਦੇ ਨਾਲ ਭਰਿਆ ਹੈ। ਮੈਂ ਤਾਂ ਚਾਹੁੰਦਾ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾ ਕੇ ਤੇਰਾ ਲੋਕ ਤੇ ਪ੍ਰਲੋਕ ਸੁਹੇਲਾ ਕਰ ਦਵਾਂ, ਪਰ ਤੇਰਾ ਮਨ ਸ਼ੰਕਾ ਗ੍ਰਸੀ ਹੋਇਆ ਹੈ। ਦੀਦਨੇ ਉਹ, ਦੀਦਨ ਕਹਿੰਦੇ ਦਰਸ਼ਨਾਂ ਨੂੰ, ਉਹ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਤਾਂ ਮੁਯੱਸਰ ਮੈਨੇ ਪ੍ਰਾਪਤ ਸ਼ਬਦ ਮੈਨੇ ਹੁੰਦੇ ਨੇ, ਮੇ ਮੈਨੇ ਨਿਸ਼ਚੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁਣੇ ਹੁਣੇ ਨਿਸ਼ਚੇ ਕਰਕੇ ਤਾਂ ਗਿਆਸੂਦੀਨਾ ਪ੍ਰਾਪਤ ਹੁੰਦੇ ਨੇ। ਕਿਵੇਂ ਪ੍ਰਾਪਤ ਹੁੰਦੇ ਨੇ? ਅਗਲੀ ਤੁਕ ਰਾਹੀਂ ਭਾਈ ਨੰਦ ਲਾਲ ਸਾਹਿਬ ਜੀ ਉਪਦੇਸ਼ ਕਰਦੇ ਨੇ, ਸੋਹਬਤੇ ਮਰਦਾਂ ਤਵਸੁਰ ਮੇ ਸਬਦ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਜਿਹੜੇ ਮਰਦ ਮਹਾਂਪੁਰਖ ਨੇ,
ਉਹਨਾਂ ਦੀ ਕਿਤੇ ਸੰਗਤ ਪ੍ਰਾਪਤ ਹੋ ਜਾਵੇ ਔਰ ਸੰਗਤ ਦਾ ਅਸਰ ਦਿਲੋ ਦਿਮਾਗ ਦੇ ਉੱਪਰ ਸ਼ਬਦ ਮੈਨੇ ਹੋ ਜਾਵੇ ਮੇ ਮੈਨੇ ਨਿਸ਼ਚੇ ਕਰਕੇ ਤਾਸੁਰ ਮੈਨੇ ਅਸਰ ਤਾਸੁਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਿਹੜੀ ਐੜੇ ਪੈਰ ਬਿੰਦੀ ਇਹਨੂੰ ਦੱਬ ਕੇ ਜਿਵੇਂ ਯੋਨੀ ਇਸ ਤਰ੍ਹਾਂ ਉਚਾਰਨ ਕਰਨਾ ਯੋਨੀ ਅਤੇ ਜਾਂ ਯਾਨੀ ਜਿਵੇਂ ਪੰਜਾਬੀ ਵਿੱਚ ਕਹਿ ਦਿੰਦੇ ਯਾਨੀ ਕਿ ਕਈਆਂ ਦਾ ਤਕੀਆ ਕਲਾਮ ਹੁੰਦਾ ਹੈ ਆਪਾਂ ਕਹਿ ਦਿੰਦੇ ਮਤਲਬ ਕਿ ਅਤੇ ਉਹ ਅਰਬੀ ਫਾਰਸੀ ਵਾਲੀ ਕਹਿ ਦਿੰਦੇ ਯਾਨੀ ਕਿ ਇਹ ਯਾਨੀ ਕਿ ਦਾ ਹੀ ਲਿਖਤੀ ਸ਼ੁੱਧ ਮੂਲ ਰੂਪ ਹੈ ਅਰਬੀ ਫਾਰਸੀ ਦਾ ਯੋਨੀ ਔਰ ਇਸੇ ਤਰ੍ਹਾਂ ਤੌਸੁਰ ਐਂ ਉਚਾਰਨ ਕਰਨੇ ਨੇ ਕਹਿੰਦੇ ਨੇ ਤਾਂ ਹਿਰਦਾ ਗਿਆਸੂ ਦੀ ਨਾ ਸ਼ੰਕਾ ਗ੍ਰਸੀ ਨਹੀਂ ਹੁੰਦਾ ਸ਼ੰਕੇ ਦੀ ਗ੍ਰਸਤ ਵਿੱਚੋਂ ਬਾਹਰ ਹੁੰਦਾ ਤਾਂ ਕਿਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਨੇ ਜੇਕਰ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਮਰਦ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਵੇ ਔਰ ਉਹ ਸੰਗਤ ਦਾ ਅਸਰ ਦਿਲੋ ਦਿਮਾਗ ਦੇ ਉੱਪਰ ਹੋ ਜਾਵੇ ਤਾਂ ਫਿਰ ਮਨ ਵਿੱਚ ਭਾਵਨਾ ਜਾਗਦੀ ਹੈ ਹਰ ਦਰਸ਼ਨ ਪਾਵੇ ਵਡਭਾਗ ਗੁਰ ਕੈ ਸ਼ਬਦ ਸੱਚੇ ਬੈਰਾਗ ਤਾਂ ਵੱਡੇ ਭਾਗਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਔਰ ਸਤਿਗੁਰਾਂ ਦੇ ਉਪਦੇਸ਼ ਦੇ ਦੁਆਰਾ ਫਿਰ ਸੰਸਾਰ ਵੱਲੋਂ ਸੰਸਾਰ ਦੀਆਂ ਪਾਤਸ਼ਾਹੀਆਂ ਵੱਲੋਂ ਬਾਦਸ਼ਾਹੀਆਂ ਵੱਲੋਂ ਸ਼ਾਹੀ ਨੌਕਰੀਆਂ ਵੱਲੋਂ ਮਨ ਵਿੱਚ ਆ ਕੇ ਬਰਾਗ ਜਾਪਦਾ ਹੈ ਜੇ ਕਿਤੇ ਬ੍ਰਹਮ ਗਿਆਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜਿਆਂ ਦੀ ਸੰਗਤ ਪ੍ਰਾਪਤ ਹੋਵੇ ਅਤੇ ਸੰਗਤ ਦਾ ਅਸਰ ਮਨ ਉੱਪਰ ਹੋਵੇ ਤੂੰ ਪਤਾ ਨਹੀਂ ਕਿੱਦਾਂ ਦਾ ਮਿੱਟੀ ਦਾ ਮਾਧਵਾ ਮੈਂ ਤੇ ਤੈਨੂੰ ਸਮਝਾ ਕੇ ਅੰਬ ਗਿਆ ਤੇਰੇ ਦਿਲੋਂ ਦਿਮਾਗ ਉੱਪਰ ਨਹੀਂ ਅਸਰ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਕਿੱਡੀ ਕੁ ਵੱਡੀ ਸ਼ਕਤੀ ਦੇ ਮਾਲਕ ਨੇ ਕਿੱਡੇ ਕੁ ਵੱਡੇ ਨੇ ਗੁਰੂ ਗੋਬਿੰਦ ਸਿੰਘ ਜੀ ਤੂੰ ਐਵੇਂ ਹੁਜਤਾਂ ਹੀ ਕਰੀ ਜਾਂਦਾ ਐਵੇਂ ਸ਼ੰਕੇ ਹੀ ਕਰੀ ਜਾਂਦਾ ਐਵੇਂ ਸਵਾਲ ਹੀ ਕਰੀ ਜਾਂਦਾ ਮੇਰੇ ਅੱਗੇ ਹਰ ਫੇ ਹੱਕ ਹਦਰ ਦਿਲ ਅਗਰ ਮਾਵਾ ਕੁਨਦ ਹਾਂ ਕਹਿੰਦੇ ਜੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ ਦਿਲ ਵਿੱਚ ਆ ਕਰਕੇ ਟਿਕਾਣਾ ਕੁਨਦ ਕਰ ਲੈਣ ਗੁਰੂ ਖਾਲਸਾ ਜੀ ਅੱਖਰਾਂ ਦਾ ਧਿਆਨ ਵੀ ਕਰੀਦਾ ਹੈ ਕਿਉਂਕਿ ਜਿਹੜੀ ਭਗਤੀ ਹੁੰਦੀ ਹੈ ਤਿੰਨ ਪ੍ਰਕਾਰ ਦੀ ਹੁੰਦੀ ਹੈ ਇੱਕ ਤਾਂ ਗੁਰਬਾਣੀ ਵਿੱਚ ਲਿਖਿਆ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਮੰਤਰ ਦੀ ਕਮਾਈ ਕਰਨੀ ਜਾਂ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਇਸ ਸ਼ਬਦ ਦੀ ਇਸ ਗੁਰ ਮਹਿਮਾ ਦੀ ਕਮਾਈ ਕਰਨੀ ਗੁਰੇ ਸਤੋਤਰਾਂ ਦੀ ਕਮਾਈ ਕਰਨੀ ਤਾਂ ਇਹਨਾਂ ਅਸਤੋਤਰਾਂ ਦੀ ਜਾਂ ਗੁਰਮੰਤਰ ਦੀ ਜੋ ਧਵਨੀ ਹੈ ਆਵਾਜ਼ ਹੈ ਉਸ ਆਵਾਜ਼ ਦੇ ਵਿੱਚ ਆਪਣਾ ਮਨ ਠਹਿਰਾਓ ਉਸ ਸਾਊਂਡ ਦੇ ਨਾਲ ਆਪਣੇ ਮਨ ਨੂੰ ਮੋਹਿਤ ਕਰੋ ਇਹ ਪਹਿਲਾ ਢੰਗ ਹੈ ਤੁਹਾਡੀ ਸੁਰਤ ਗੁਰੂ ਚਰਨਾਂ ਵਿੱਚ ਜੁੜ ਜਾਵੇਗੀ ਇਸ ਤੋਂ ਉੱਪਰ ਦਾ ਢੰਗ ਹੈ ਗੁਰਮੰਤਰ ਦਾ ਜਾਪ ਕਰਦੇ ਹੋ ਗੁਰਮੰਤਰ ਦੇ ਅੱਖਰਾਂ ਦਾ ਧਿਆਨ ਕਰੋ ਗੁਰੇ ਸਤੋਤਰ ਪੜ੍ਹਦੇ ਹੋ ਗੁਰੇ ਸਤੋਤਰ ਦੇ ਅੱਖਰਾਂ ਦਾ ਧਿਆਨ ਕਰੋ ਔਰ ਜਿਹੜੇ ਅੱਖਰ ਨੇ ਉਹ ਤੁਹਾਡੇ ਹਿਰਦੇ ਵਿੱਚ ਆ ਕੇ ਟਿਕ ਜਾਣਗੇ ਔਰ ਜਿਹੜੇ ਗੁਰੇ ਸਤੋਤਰ ਦੇ ਸ਼ਬਦ ਨੇ ਜਿਵੇਂ ਗੋਬਿੰਦ ਸਿੰਘ ਹਿਰਦੇ ਵਿੱਚ ਲਿਖੋ ਗੱਗੇ ਨੂੰ ਹੋੜਾ ਬੱਬੇ ਨੂੰ ਸਿਹਾਰੀ ਦੱਦਾ ਗੋਬਿੰਦ ਸਿੰਘ
ਤੇ ਜਿਹੜਾ ਤੁਹਾਡਾ ਮਨ ਹੈ ਉਹ ਅੱਖਰਾਂ ਵਿੱਚ ਟਿਕ ਜਾਵੇਗਾ, ਤੁਸੀਂ ਅੱਖਰਾਂ ਦਾ ਧਿਆਨ ਕਰੋਗੇ। ਇਸ ਤੋਂ ਵੀ ਉੱਪਰ ਦੀ ਅਵਸਥਾ ਹੈ, ਵਾਹਿਗੁਰੂ ਮੰਤਰ ਦੇ ਜਾਂ ਗੁਰੇ ਸਤੋਤਰ ਦੇ ਅਰਥ ਕਿਆ ਨੇ, ਵਾਹਿਗੁਰੂ ਦਾ ਅਰਥ ਕੀ ਹੈ, ਫਿਰ ਗੋਬਿੰਦ ਸਿੰਘ ਦਾ ਅਰਥ ਕੀ ਹੈ, ਗੁਰੂ ਨਾਨਕ ਦਾ ਅਰਥ ਕੀ ਹੈ। ਅਰਥਾਂ ਵਿੱਚ ਧਿਆਨ ਨੂੰ ਟਿਕਾ ਲੈਣਾ, ਇਹ ਗੁਰੂ ਖਾਲਸਾ ਜੀ ਧਿਆਨ ਟਿਕਾਉਣ ਦੇ ਤਿੰਨ ਢੰਗ ਨੇ। ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਉਹ ਗਿਆਸੂਦੀਨਾ, ਜੇ ਤੇਰੇ ਦਿਲ ਦੇ ਦਰ ਵਿੱਚ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ ਟਿਕਾਣਾ ਕਰ ਗਏ, ਮਾਵਾ ਮੈਨੇ ਟਿਕਾਣਾ ਕੁਨਦ ਮੈਨੇ ਕਰ ਗਏ, ਅਗਰ ਜੇਕਰ ਭਾਵ ਅੱਖਰਾਂ ਦਾ ਧਿਆਨ ਜੇ ਕਰਕੇ ਤੂੰ ਆਪਣੇ ਮਨ ਵਿੱਚ ਕਰਨ ਲੱਗ ਪਿਆ, ਹਰ ਬੁਨੇ ਹਰ ਮੋਏ ਉਹ ਹੱਕ ਜਾ ਕੁਨਦ, ਤਾਂ ਫਿਰ ਤੇਰੇ ਸਰੀਰ ਉੱਪਰ ਜਿੰਨੇ ਵਾਲ ਨੇ ਉਹਨਾਂ ਵਾਲਾਂ ਦੀਆਂ ਜੜ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਨਾਮ ਟਿਕਾਣਾ ਕਰ ਜਾਵੇਗਾ, ਜਗ੍ਹਾ ਕਰ ਜਾਵੇਗਾ। ਭਾਵ ਤੇਰੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆਵੇਗੀ, ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ। ਇੱਕ ਵਾਰ ਆਪਣੀ ਜ਼ਬਾਨ ਤੋਂ ਕਹਿਣ ਦੀ ਲੋੜ ਹੈ, 7.5 ਕਰੋੜ ਗੁਰੂ ਖਾਲਸਾ ਜੀ ਸਰੀਰ ਤੇ ਰੋਮ ਨੇ, ਰੋਮ ਰੋਮ ਵਿੱਚੋਂ ਆਵਾਜ਼ ਆਵੇਗੀ। ਇੱਕ ਵਾਰ ਜ਼ਬਾਨ ਤੋਂ ਆਖਾਂਗੇ, 7.5 ਕਰੋੜ ਵਾਰ ਗੁਰੂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜਪਿਆ ਜਾਵੇਗਾ। ਗੁਰਬਾਣੀ ਵਿੱਚ ਇਹ ਅਵਸਥਾ ਲਿਖੀ, ਗੁਰਮੁਖ ਰੋਮ ਰੋਮ ਹਰ ਧਿਆਵੈ, ਔਰ ਇੱਕ ਤਾਂ ਗੁਰਬਾਣੀ ਵਿੱਚ ਲਿਖਿਆ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਇੱਕ ਗੁਰੇ ਸਤੋਤਰ ਦਾ ਅੱਖਰ ਹੀ ਮਨ ਵਿੱਚ ਵਸ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੇ ਜਦੋਂ ਆਪਣੀ ਛਾਪ ਦਿਲ ਵਿੱਚ ਲਾ ਦਿੱਤੀ ਨਾ, ਫਿਰ ਹਰੇਕ ਵਾਲ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੁਰੂ ਖਾਲਸਾ ਜੀ ਐਂ ਗੂੰਜੇਗਾ, ਐਂ ਪ੍ਰਗਟ ਹੋਵੇਗਾ। ਬੁਨ ਨਾਮ ਗੁਰੂ ਖਾਲਸਾ ਜੀ ਬੁਨਿਆਦ ਦਾ ਜੜ੍ਹ ਦਾ ਹੈ, ਦਰ ਨਾਮ ਵਿੱਚ ਦਾ ਉਹ ਮੈਨੇ ਉਸ ਦਾ, ਮੂਹ ਨਾਮ ਕੇਸ ਦਾ, ਜਾ ਮੈਨੇ ਜਗ੍ਹਾ ਦਾ ਕੁੰਦ ਨਾਮ ਕਰਨ ਦਾ। ਅਗਰ ਜੇਕਰ ਕਿਸੇ ਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ ਟਿਕਾਣਾ ਕਰਦੇ ਹਨ, ਤਾਂ ਉਸ ਦੇ ਹਰੇਕ ਵਾਲ ਦੀ ਜੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜਾ ਕੇ ਜਗ੍ਹਾ ਕਰ ਲੈਂਦਾ ਹੈ, ਟਿਕਾਣਾ ਬਣਾ ਲੈਂਦਾ ਹੈ। ਭਾਵ ਹਰੇਕ ਜੋ ਰੋਮ ਦੀ ਜੜ੍ਹ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਉਛਲ ਉਛਲ ਕੇ ਬਾਹਰ ਆਉਂਦਾ ਹੈ। ਹਰ ਕੇ ਖੁਦ ਰਸੋਏ ਹੱਕ ਮੇ ਅਰਦਾਸ, ਕਹਿੰਦੇ ਜੋ ਕੋਈ ਵੀ ਆਪਣੇ ਆਪ ਨੂੰ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਵੱਲ ਨੂੰ ਖਿੱਚ ਕੇ ਲਿਆਉਂਦਾ ਹੈ, ਆਰਦ ਨਾਮ ਲਿਆਉਣ ਦਾ ਹੈ, ਅਸ਼ ਮੈਨੇ ਉਹ ਮੇ ਨਿਸ਼ਚੇ ਕਰਕੇ ਸੂ ਨਾਮ ਤਰਫਦਾ, ਇਹ ਸੂ ਇਹ ਹੱਕ ਇਹ ਇਜ਼ਾਫਤ ਹੈ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਖੁਦ ਆਪਣੇ ਆਪ ਰਾਗਈਏ ਨੂੰ ਤੇ ਹਰ ਕੇ ਮੈਨੀ ਜੋ ਕੋਈ ਆਪਣੇ ਆਪ ਨੂੰ ਖਿੱਚ ਕੇ ਲਿਆਉਂਦਾ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਨੂੰ, ਜਿਹੜਾ ਆਪਣੀ ਜ਼ਬਾਨ ਤੋਂ ਕਹਿੰਦਾ ਆਪਣੇ ਮਨ ਨੂੰ ਸਮਝਾਉਂਦਾ
ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਆਪਣੇ ਪੈਰਾਂ ਨੂੰ ਕਹਿੰਦਾ ਉਹ ਪੈਰੋ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਨੂੰ, ਜਿਹੜੇ ਮਾਰਗ ਜਾਂਦੇ ਨੇ ਉਹਨਾਂ ਮਾਰਗਾਂ ਵੱਲ ਨੂੰ ਚੱਲੋ, ਉਹਨਾਂ ਮਾਰਗਾਂ 'ਤੇ ਤੁਰੋ। ਇੱਕ ਬਿੰਦ, ਬਿੰਦ ਕਹਿੰਦੇ ਰਤਾਕ ਨੂੰ, ਬਿੰਦਕ ਮਾਤਰ ਵੀ ਤੁਸੀਂ ਆਪਣੀ ਜ਼ਬਾਨ ਤੋਂ ਆਖ ਲਿਆ ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਣਗੇ। ਇੱਦਾਂ ਜਿਹੜਾ ਹੋੜ ਹੋੜ ਕੇ ਆਪਣੇ ਆਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਵੱਲ ਨੂੰ ਭਾਈ ਖਿੱਚ ਕੇ ਲਿਆਉਂਦਾ ਹੈ। ਇਸ ਰੁਖੇ ਉਹ ਨੂਰੇ ਹੱਕ ਮੇ ਬਾਰ ਦਸ, ਕਹਿੰਦੇ ਉਹ ਗਿਆ ਸੁਦੀਨਾ ਉਸ ਮਹਾਂਪੁਰਖ ਦੇ ਚਿਹਰੇ ਤੋਂ, ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਨੂਰਾਨੀ ਨੂਰ ਬਾਰਦ ਮੈਨੇ ਵਰਸਦਾ ਹੈ, ਵਰਖਦਾ ਹੈ, ਅਸ਼ ਮੈਨੇ ਉਸ ਦੇ। ਜਿਹੜਾ ਆਪਣੇ ਆਪ ਨੂੰ ਖਿੱਚ ਕੇ ਗੁਰੂ ਚਰਨਾਂ ਵੱਲ ਨੂੰ ਲਿਆਉਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਉਹਦੇ ਉੱਪਰ ਇੰਨੀ ਕਿਰਪਾ ਕਰਦੇ ਨੇ, ਫਿਰ ਉਹਦੇ ਚਿਹਰੇ ਤੋਂ ਸੱਚਾ ਨੂਰ ਵਰਸਦਾ ਹੈ। ਸੱਚਾ ਗੁਰੂ ਗੋਬਿੰਦ ਸਿੰਘ ਜੀ ਦੇ ਨੂਰ ਦੀ ਉਸਦੇ ਚਿਹਰੇ ਤੋਂ ਵਰਖਾ ਹੁੰਦੀ ਹੈ। ਬਾਰਦ ਨਾਮ ਵਰਖਾ ਦਾ ਹੈ, ਮੇ ਨਿਸ਼ਚੇ ਕਰਕੇ ਅਜ ਨਾਮ ਤੋਂ ਦਾ ਹੈ, ਰੁੱਖ ਨਾਮ ਚਿਹਰੇ ਦਾ ਹੈ। ਉਸਦੇ ਚਿਹਰੇ ਤੋਂ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਨੂਰਾਨੀ ਨੂਰ ਦੀ ਵਰਖਾ ਹੋਣ ਲੱਗ ਪੈਂਦੀ ਹੈ। ਜਿਹੜਾ ਆਪਣੇ ਆਪ ਨੂੰ ਖਿੱਚ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਲਿਜਾ ਕੇ ਸੁੱਟਦਾ ਹੈ, ਫੈਜ਼ ਅਜ਼ਤ ਫੈਲੇ ਸੋਹਬਤ ਅਸਤ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਉਹ ਗਿਆਸੂਦੀਨਾ, ਇਹ ਸੰਸਾਰ ਦੇ ਉੱਪਰ ਜਿੱਡਾ ਵੱਡਾ ਪ੍ਰਤਾਪ ਹੈ ਨਾ ਸਾਰਾ, ਇਹ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੀ ਕਿਰਪਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਹਨ, ਇਹ ਉਹਨਾਂ ਦੀ ਕਿਰਪਾ ਹੈ। ਆ ਦੁਨੀਆਂ ਦੇ ਉੱਪਰ ਜਿੰਨਾ ਆਪਣਾ ਪ੍ਰਤਾਪ ਬਣਿਆ ਹੈ, ਦੁਨੀਆਂ ਦੇ ਲੋਕ ਜਾਣਨਗੇ ਆਪਣੇ ਪ੍ਰਤਾਪ ਨੂੰ, ਫੈਜ਼ ਨਾਮ ਕਿਰਪਾ ਦਾ ਹੈ, ਪ੍ਰਤਾਪ ਦਾ ਹੈ। ਦੁਨੀਆਂ 'ਤੇ ਕਿੱਸੇ ਜਾਏ ਗਾਏ ਜਾਣਗੇ ਕਿ ਇੱਕ ਏਡੀ ਵੱਡੀ ਨੌਕਰੀ ਨੂੰ ਲੱਤ ਮਾਰ ਕੇ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਚਲਿਆ ਗਿਆ। ਇਹ ਜੋ ਹਮਾਂ ਸਾਰਾ ਆਪਣਾ ਪ੍ਰਤਾਪ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਜੇ ਨਿਵਾਜੇ ਮਹਾਂਪੁਰਖ ਨੇ ਉਹਨਾਂ ਦੀ ਸੋਹਬਤ ਸੰਗਤ ਦੀ ਤਫੈਲ ਕਿਰਪਾ ਦਾ ਹੈ, ਅਸਤ ਮੈਨੇ ਹੈ, ਅਜ ਪਦ ਪੂਰਤੀ ਵਾਸਤੇ ਹੈ। ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਸਹੁਰਿਆਂ ਦਾ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸੰਗੀ ਸੀ, ਔਰ ਬੜੇ ਬੜੇ ਬ੍ਰਹਮ ਗਿਆਨੀ ਸਹੁਰਿਆਂ ਦੇ ਪਰਿਵਾਰ ਵਿੱਚ ਰਹਿੰਦੇ ਸਨ। ਉਹਨਾਂ ਦੇ ਪਾਸੋਂ ਗੁਰੂ ਘਰ ਦੀਆਂ ਕਥਾਵਾਂ ਪਹਿਲਾਂ ਹੀ ਸੁਣੀਆਂ ਸੀ, ਔਰ ਘਰ ਵਾਲੀ ਸਦਾ ਹੀ ਕਹਿੰਦੀ ਸੀ ਇੱਕ ਵਾਰੀ ਜਾ ਕੇ ਤਾਂ ਵੇਖੋ ਗੁਰੂ ਸਾਹਿਬ ਦੇ ਘਰ ਵੱਲ, ਔਰ ਪੜ੍ਹੇ ਲਿਖੇ ਸਨ, ਉਹ ਸ਼ਰਧਾ ਭਰੋਸਾ ਨਹੀਂ ਸੀ ਵੱਜਦਾ ਗੁਰੂ ਸਾਹਿਬ ਦੇ ਘਰ ਉੱਪਰ। ਜਦੋਂ ਮੌਤ ਦਿਖੀ ਫਿਰ ਸ਼ਰਧਾ ਵੀ ਵੱਜ ਗਈ, ਭਰੋਸਾ ਵੀ ਵੱਜ ਗਿਆ, ਫਿਰ ਆਖਣ ਵੀ ਲੱਗ ਪਏ। ਇਹ ਜਿੰਨਾ ਆਪਣਾ ਪ੍ਰਤਾਪ ਬਣ ਰਿਹਾ ਨਾ ਦੁਨੀਆਂ ਉੱਪਰ, ਜਿਹੜੇ ਆਪਣੇ ਨਾਮ ਦੇ ਗਾਂਹ ਕਿੱਸੇ ਗਾਏ ਜਾਣੇ, ਇਹ ਸਾਰੀ ਕਿਰਪਾ ਉਹਨਾਂ ਬ੍ਰਹਮ ਗਿਆਨੀਆਂ ਦੀ ਸੰਗਤ ਦੀ ਕਿਰਪਾ ਦੁਆਰਾ ਹੈ।
ਇਹ ਪ੍ਰਤਾਪ ਉਹਨਾਂ ਦੀ ਕਿਰਪਾ ਦੁਆਰਾ ਹੈ। ਸੋਹਬਤੇ ਮਰਦਾਨੇ ਹੱਕ ਖੁਸ਼ ਦੌਲਤ ਅਸਤ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਮਰਦ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਦੀ ਕਿਰਪਾ ਇਹ ਕਿ ਅਸੂ ਦੀਨਾ, ਜਿਨ੍ਹਾਂ ਦੀ ਸੰਗਤ ਵਿੱਚ ਖੁਸ਼ ਚੰਗੀ ਨਾਮ ਦੀ ਦੌਲਤ, ਸ਼ੁਭ ਕਰਮਾਂ ਦੀ ਦੌਲਤ ਨਵਾਜ ਦੀ ਅਸਤ ਹੈ, ਜਿਨ੍ਹਾਂ ਦੇ ਚਰਨਾਂ ਵਿੱਚ ਚੰਗੀ ਸ਼ੁਭ ਕਰਮਾਂ ਦੀ ਦੌਲਤ ਹਮੇਸ਼ਾ ਹੀ ਬਰਾਜਦੀ ਹੈ। ਹੇਚ ਕਸ ਅਜ਼ਹਾਲ ਸਾਇਆ ਗਾਨੇਸਤ, ਹੇਚ ਕਸ ਮੈਨੇ ਕੋਈ ਮਨੁੱਖ, ਹੇਚ ਮੈਨੇ ਕੋਈ ਤੇ ਕਸ ਕਹਿੰਦੇ ਮਨੁੱਖ ਨੂੰ, ਕਹਿੰਦੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜ ਦਿੱਤਾ ਉਹ ਗਿਆਸੂਦੀਨਾ, ਉਹਨਾਂ ਦੀ ਅਵਸਥਾ ਤੋਂ ਕੋਈ ਵੀ ਜਾਣ ਕਦਰ ਨਹੀਂ ਹੋ ਸਕਦਾ, ਕੋਈ ਨਹੀਂ ਜਾਣ ਸਕਦਾ ਵੀ ਉਹ ਮਹਾਂਪੁਰਖ ਕਿਹੜੀ ਅਵਸਥਾ ਵਿੱਚ ਖੇਡਦੇ ਨੇ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾ, ਪਰਵਾਹ ਨਾ ਹੀ ਕਿਸੇ ਕਿਹੜੀ ਬਾਝ ਸੱਚੇ ਨਾ। ਔਰ ਗੁਰਬਾਣੀ ਵਿੱਚ ਲਿਖਿਆ, ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਉਹ ਖੁਦਾਏ ਦੇ ਨੇੜੇ ਰਹਿੰਦੇ ਨੇ, ਕਿਸੇ ਨੂੰ ਭੇਤ ਨਹੀਂ ਦਿੰਦੇ। ਇਸ ਲਈ ਸ਼ਾਂ ਉਹਨਾਂ ਦੇ ਦਿਲ ਦੀ ਜੋ ਹਾਲ ਅਵਸਥਾ ਹੈ, ਕੋਈ ਮਨੁੱਖ ਉਸ ਅਵਸਥਾ ਦਾ ਜਾਣ ਕਦਰ ਨਹੀਂ ਹੋ ਸਕਦਾ ਵੀ ਉਹ ਕਿਹੜੇ ਰੰਗਾਂ ਵਿੱਚ ਰਹਿੰਦੇ ਪਏ ਨੇ। ਅਗਾਹ ਮੈਨੇ ਜਾਣ ਕਦਰ ਜਾਣੂ, ਨੇਸਤ ਦਾ ਅਰਥ ਹੈ ਨਾ ਅਸਤ, ਨਹੀਂ ਹੋ ਸਕਦਾ, ਜਾਣ ਨਹੀਂ ਸਕਦਾ ਉਹਨਾਂ ਦੀ ਅਵਸਥਾ ਨੂੰ। ਹਰ ਕੇ ਓ ਮਿਹਰਾ ਦਰਾ ਜਾਗਾਨੇਸਤ, ਦੁਨੀਆਂ ਦੇ ਉੱਪਰ ਭਾਵੇਂ ਕੋਈ ਛੋਟਾ ਹੈ ਤੇ ਭਾਵੇਂ ਕੋਈ ਵੱਡਾ ਹੈ, ਉਹਨਾਂ ਦੇ ਹਿਰਦੇ ਰੂਪੀ ਜੋ ਮਹਿਲ ਮੰਦਰ ਹੈ ਉਸ ਦੇ ਦਰ ਦਰਵਾਜ਼ੇ ਦੀ ਜਾ ਜਗ੍ਹਾ ਦੇ ਉੱਪਰ ਗਾਹ ਮੈਨੇ ਕਦੇ ਵੀ ਕੋਈ ਪਹੁੰਚ ਨਹੀਂ ਸਕਦਾ। ਕਿਹੇ ਨਾਮ ਛੋਟੇ ਦਾ ਮੇਹ ਨਾਮ ਵੱਡੇ ਦਾ, ਭਾਵੇਂ ਕੋਈ ਛੋਟਾ ਹੈ ਅਤੇ ਭਾਵੇਂ ਕੋਈ ਵੱਡਾ ਹੈ, ਛੋਟੇ ਵੱਡੇ ਦੀ ਪਹੁੰਚ ਵੀ ਉਹਨਾਂ ਦੇ ਹਿਰਦੇ ਰੂਪੀ ਮੰਦਰ ਦੀ ਦਹਿਲੀਜ਼ ਤੱਕ ਕਦੇ ਨਹੀਂ ਬਣ ਸਕਦੀ। ਮੰਦਰ ਦੇ ਵਿੱਚ ਜਾਣਾ, ਹਿਰਦੇ ਰੂਪ ਮੰਦਰ ਦੇ ਵਿੱਚ ਪਹੁੰਚ ਬਣਾਉਣੀ ਤਾਂ ਬੜੀ ਔਖੀ ਗੱਲ ਹੈ। ਦਰ ਨਾਮ ਦਰਵਾਜ਼ੇ ਦਾ, ਇਹ ਦਹਿਲੀਜ਼ ਦਾ ਹੈ। ਦਰ ਆ ਜਾ, ਆ ਮੈਨੇ ਉਹਨਾਂ ਦੇ ਦਰ ਕਹੀਏ ਦਰਵਾਜ਼ੇ, ਅਤੇ ਜਾ ਕਹੀਏ ਜਗ੍ਹਾ। ਹਿਰਦੇ ਰੂਪੀ ਮੰਦਰ ਦੇ ਦਹਿਲੀਜ਼ ਦੀ ਜੋ ਜਗ੍ਹਾ ਹੈ, ਗਾਹ ਕਦੇ ਵੀ ਨਹੀਂ ਉੱਥੇ ਜਾ ਸਕਦਾ, ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਦੁਨਿਆਵੀ ਬੰਦਾ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਤੋਂ ਜਾਣੂ ਨਹੀਂ ਹੋ ਸਕਦਾ। ਔਰ ਗਾਹ ਦੀ ਜਗ੍ਹਾ ਦਾ ਅਰਥ ਰਾਹ ਵੀ ਹੈ, ਔਰ ਉਹ ਮਹਾਂਪੁਰਖ ਕਿਹੜੇ ਰਾਹਾਂ ਉੱਪਰ ਖੇਡਦੇ ਨੇ, ਔਰ ਉਹਨਾਂ ਰਾਹਾਂ ਦੇ ਜਿਹੜੇ ਦਰ ਨੇ, ਉਹਨਾਂ ਦਰਾਂ ਦੀ ਜੋ ਜਗ੍ਹਾ ਹੈ ਉਸ ਦੇ ਉੱਪਰ ਵੀ ਕੋਈ ਜਾ ਨਹੀਂ ਸਕਦਾ। ਜਿਵੇਂ ਰਾਹਾਂ ਦੇ ਉੱਪਰ ਦਰ ਬਣੇ ਹੁੰਦੇ ਨੇ ਪਹਾੜਾਂ ਦੇ ਵਿੱਚ, ਮਹਾਂਪੁਰਖ ਪਤਾ ਨਹੀਂ ਕਿਹੜੇ ਰਾਹਾਂ 'ਤੇ ਖੇਡਦੇ ਨੇ, ਕਿਹੜੇ ਦਰਾਂ 'ਤੇ ਤੁਰੇ ਫਿਰਦੇ ਨੇ, ਉਸ ਜਗ੍ਹਾ ਦੇ ਉੱਪਰ ਵੀ ਗੁਰੂ ਖਾਲਸਾ ਜੀ ਕੋਈ ਪਹੁੰਚ ਨਹੀਂ ਸਕਦਾ। ਭਾਵ ਉਹਨਾਂ ਦੀ ਅਵਸਥਾ, ਉਹਨਾਂ ਦੇ ਹਿਰਦੇ ਦੇ ਖਿਆਲਾਤਾਂ ਨੂੰ ਕੋਈ ਸਮਝ ਨਹੀਂ ਸਕਦਾ। ਦਰ ਨਜ਼ਰ ਆਇੰਦ ਚੂ ਜਾ ਤੇ ਅੱਲਾਹ, ਹਾਂ ਕਹਿੰਦੇ ਦਰ ਨਜ਼ਰ ਆਇੰਦ, ਗਹਿਰਾਈ ਨਾਲ ਵੇਖੀਏ
ਤਾਂ ਉਹ ਇਸ ਤਰੀਕੇ ਨਾਲ ਦਿਖਣ ਵਿੱਚ ਆਇੰਦ ਮਹਿਨੇ ਆਉਂਦੇ ਨੇ ਕਿ ਉਹ ਅੱਲਾਹ ਦੀ ਜਾਤ ਵਰਗੇ ਹੁੰਦੇ ਨੇ, ਅੱਲਾਹ ਦੀ ਜਾਤ ਵਿੱਚੋਂ ਅੱਲਾਹ ਵਰਗੇ ਹੀ ਹੁੰਦੇ ਹਨ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਸਾਈਂ ਜਿਹਾ, ਉਹ ਹਰੀ ਵਰਗੇ ਹੀ ਹੁੰਦੇ ਹਨ। ਚੂੰ ਦਾ ਅਰਥ ਹੁੰਦਾ ਵਰਗੇ, ਆਇੰਦ ਮਹਿਨੇ ਆਉਂਦੇ ਨੇ, ਦਰ ਨਜ਼ਰ ਮਹਿਨੇ ਵੇਖਣ ਦੇ ਵਿੱਚ, ਗਹਿਰਾਈ ਦੇ ਨਾਲ ਵੇਖਣ ਦੇ ਵਿੱਚ ਉਹ ਅੱਲਾਹ ਦੀ ਜਾਤ ਵਿੱਚੋਂ ਅੱਲਾਹ ਵਰਗੇ ਹੀ ਦਿਖਾਈ ਦੇਣ ਵਿੱਚ ਆਉਂਦੇ ਨੇ। ਅੱਲਾਹ ਵਿੱਚ ਅਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਹੈ। ਗੁਰਬਾਣੀ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ ਏ, ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਏ। ਔਰ ਗੁਰਬਾਣੀ ਵਿੱਚ ਲਿਖਿਆ ਨਾਵੇਂ ਪਾਤਸ਼ਾਹ ਜੀ ਨੇ, ਜੇ ਕਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰਿ ਅੰਤਰ ਨਹੀਂ, ਨਾਨਕ ਸਾਚੀ ਮਾਨ। ਉਹਨਾਂ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਅਤੇ ਜਿਹੜੇ ਖੁਦਾ ਜੀ ਨੇ, ਉਹਨਾਂ ਵਿੱਚ ਤੇ ਖੁਦਾ ਦੇ ਵਿੱਚ ਕੋਈ ਭਿੰਨ ਭਾਵ ਨਹੀਂ ਹੁੰਦਾ। ਹਰ ਹਕੀਕਤ ਹਰ ਦੁਆਲਮ ਰਾਪਨਾ, ਹਕੀਕਤ ਦੇ ਵਿੱਚ ਸਾਰਾ ਸੰਸਾਰ ਕੀ ਦੋਨੋਂ ਹੀ ਜਹਾਨ ਉਹਨਾਂ ਦੀ ਪਨਾਹ, ਉਹਨਾਂ ਦੀ ਸ਼ਰਨ ਵਿੱਚ ਰਹਿੰਦੇ ਹਨ। ਏਡੀ ਵੱਡੀ ਉੱਚੀ ਪਦਵੀ ਦੇ ਮਾਲਕ ਹੁੰਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਮਰਦ ਮਹਾਂਪੁਰਖ ਨੇ। ਹਰ ਕਸਬ ਬਾਸੰਦ ਆਸਾਦ ਅਜ ਕਸਬ, ਕਸਬ ਨਾਮ ਕੰਮਾਂ ਦਾ ਹੈ, ਧੰਦੇ ਧੰਦਾਲਿਆਂ ਦਾ ਹੈ। ਉਹ ਕੰਮਾਂ ਧੰਦੇ ਧੰਦਾਲਿਆਂ ਦੇ ਵਿੱਚ ਵੀ ਹੁੰਦੇ ਨੇ ਔਰ ਕੰਮਾਂ ਧੰਦੇ ਧੰਦਾਲਿਆਂ ਤੋਂ ਆਜ਼ਾਦ ਵੀ ਹੁੰਦੇ ਹਨ। ਸਰੀਰ ਕਰਕੇ ਤਾਂ ਦਿਖਾਈ ਦਿੰਦੇ ਨੇ ਕਿ ਉਹ ਆਮ ਲੋਕਾਂ ਦੇ ਵਾਂਗ ਧੰਦੇ ਧੰਦਾਲਿਆਂ ਵਿੱਚ ਫਸੇ ਨੇ, ਔਰ ਮਨ ਕਰਕੇ ਜਿਹੜੀ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੈ ਨਾ, ਉਹ ਸੰਸਾਰ ਤੋਂ ਨਿਰਲੇਪ ਹੁੰਦੀ ਹੈ। ਗੁਰਬਾਣੀ ਵਿੱਚ ਲਿਖਿਆ, ਜੋ ਮਿਰ ਗਾਈ ਪੰਖ ਨਾ ਭੀਜੈ, ਕਮਲ ਰਹੇ ਵਿੱਚ ਪਾਣੀ ਹੈ। ਜਿਵੇਂ ਛੱਪੜ ਦੇ ਵਿੱਚ ਗੁਰੂ ਖਾਲਸਾ ਜੀ ਕਵਲ ਛੱਪੜ ਦੇ ਪਾਣੀ ਤੋਂ ਅਲੇਪ ਹੋ ਕਰਕੇ ਰਹਿੰਦਾ ਹੈ, ਮਰਗਾਈ ਰਹਿੰਦੀ ਤੇ ਛੱਪੜ ਵਿੱਚ ਹੀ ਹੈ, ਪਰ ਛੱਪੜ ਦਾ ਪਾਣੀ ਮਰਗਾਈ ਦੇ ਖੰਭਾਂ ਨੂੰ ਨਹੀਂ ਪਾਉਂਦਾ। ਇਸੇ ਪ੍ਰਕਾਰ ਮਹਾਂਪੁਰਖ ਜੀਵਨ ਵਾਸਤੇ ਧੰਦੇ ਧੰਦਾਲਿਆਂ ਵਿੱਚ ਫਸੇ ਹੁੰਦੇ ਨੇ, ਪਰ ਰਹਿੰਦੇ ਇਹਨਾਂ ਦੇ ਨਾਲੋਂ ਨਿਰਲੇਪ ਨੇ। ਦਰ ਨਾਮ ਵਿੱਚ ਦਾ ਕਸਬ ਨਾਮ ਧੰਦਿਆਂ ਦਾ ਕੰਮਾਂ ਦਾ, ਬਾਸ਼ ਮਹਿਨੇ ਹੁੰਦੇ ਅੰਧ ਮਹਿਨੇ ਹਨ। ਔਰ ਉਹ ਦੇਖਣ ਵਿੱਚ ਕੰਮਾਂ ਧੰਦੇ ਧੰਦਾਲਿਆਂ ਵਿੱਚ ਫਸੇ ਹੁੰਦੇ ਨੇ ਔਰ ਕੰਮਾਂ ਧੰਦੇ ਧੰਦਾਲਿਆਂ ਅੱਜ ਮਹਿਨੇ ਤੋਂ ਆਜ਼ਾਦ ਵੀ ਹੁੰਦੇ ਨੇ। ਜਿਵੇਂ ਗੁਰਬਾਣੀ ਵਿੱਚ ਲਿਖਿਆ, ਦੀਸੈ ਸਭ ਮਹਿ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਉਹ ਦਿਸਦੇ ਨੇ ਵੀ ਸਾਰਿਆਂ ਵਿੱਚ ਆਮ ਲੋਕਾਂ ਵਾਂਗੂ ਹੀ ਭੱਜੇ ਫਿਰਦੇ ਨੇ, ਧੰਦੇ ਧੰਦਾਲਿਆਂ 'ਚ ਲੱਗੇ ਨੇ,
ਪਰ ਮਨ ਕਰਕੇ ਉਹ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਕਰਦੇ ਨੇ। ਉਮਰ ਗੁਜ਼ਾਰੰਦ ਅੰਦਰ ਯਾਦ ਰੱਬ, ਸੱਚੇ ਰੱਬ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਗਿਆਸੂ ਦੀਨਾ ਉਹ ਆਪਣੀ ਉਮਰ ਨੂੰ ਗੁਜ਼ਾਰ ਦਿੰਦੇ ਹਨ। ਵੀਸਰਾ ਚੂ ਮੋਰ ਬਿਸਨਾਸੰਦ ਹਾਂ, ਖਵੇਸ਼ ਕਹਿੰਦੇ ਆਪਣੇ ਆਪ ਰਾਹ ਨੂੰ, ਮੋਰ ਕਹੀਏ ਕੀੜੀ, ਚੂ ਮੈਨੇ ਵਰਗਾ, ਤੇ ਸ਼ਨਾਸ ਦਾ ਅਰਥ ਹੁੰਦਾ ਸਮਝਣਾ, ਸ਼ਾਂ ਮੈਨੇ ਉਹ ਆਪਣੇ ਆਪ ਨੂੰ ਕੀੜੀ ਦੇ ਸਮਾਨ, ਕੀੜੀ ਵਰਗਾ ਸਮਝਦੇ ਹਨ। ਬੇਸ਼ਨਾਸੰਦ ਇਸ ਤਰ੍ਹਾਂ ਪੜ੍ਹਨਾ, ਬੇ ਜਿਹੜਾ ਹੈ ਇਹ ਪਦ ਪੂਰਤੀ ਲਈ ਹੈ, ਔਰ ਸ਼ਨਾਸ ਦਾ ਅਰਥ ਹੁੰਦਾ ਪਛਾਣ, ਅੰਧ ਮੈਨੇ ਹਨ। ਉਹ ਆਪਣੇ ਆਪ ਨੂੰ ਕੀੜੀ ਦੇ ਸਮਾਨ, ਚੂ ਮੈਨੇ ਸਮਾਨ ਵਰਗਾ, ਸ਼ਾਮ ਮੈਨੇ ਉਹ ਮਹਾਂਪੁਰਖ ਆਪਣੇ ਆਪ ਨੂੰ ਕੀੜੀ ਦੇ ਸਮਾਨ ਸਮਝਦੇ ਹਨ। ਔਰ ਦੂਜਾ ਪਾਠ ਇਸ ਜਗ੍ਹਾ 'ਤੇ, ਬੋ ਸ਼ੁਮਾਰ ਅੰਧ, ਸ਼ੁਮਾਰ ਮੈਨੇ ਗਿਣਨਾ, ਬੋ ਪਦ ਪੂਰਤੀ ਵਾਸਤੇ ਹੈ। ਉਹ ਆਪਣੇ ਆਪ ਨੂੰ ਕੀੜੀ ਦੇ ਸਮਾਨ ਗਿਣਦੇ ਨੇ। ਉਹ ਕਹਿੰਦੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਸਾਡੀ ਗਿਣਤੀ ਨਹੀਂ ਉਹ ਕਿਸੇ ਗਿਣਤੀ ਵਿੱਚ ਆਉਂਦੀ, ਤੂੰ ਆਪਣਾ ਸੁਭਾਅ ਪਛਾਣ, ਤੇਰੀ ਸ਼ਰਨ 'ਚ ਆ ਡਿੱਗੇ ਹੀ। ਜੋ ਸਰਨ ਆਵੇ ਤਿਸ ਕੰਠ ਲਾਵੇ, ਉਹ ਬਿਰਦ ਸੁਆਮੀ ਸੰਦਾ। ਇਹ ਦੂਸਰੇ ਪਾਠ ਦਾ ਅਰਥ ਹੈ। ਪਹਿਲੇ ਦਾ ਇਹ ਕਿ ਉਹ ਆਪਣੇ ਆਪ ਨੂੰ ਕੀੜੀ ਦੇ ਸਮਾਨ ਗਿਣਦੇ ਨੇ। ਅਸੀਂ ਤਾਂ ਦੁਨੀਆਂ ਦੇ ਵਿੱਚ ਕੀੜੇ ਮਕੌੜੇ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਚਿੱਤਰ ਨਾਟਕ ਵਿੱਚ ਲਿਖਿਆ ਹੈ, ਲਿਖਦੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਜੀ ਕਹਿੰਦੇ ਨੇ, ਅਕਾਲ ਪੁਰਖ ਬਾਜ ਇਸ ਕੀਟ ਪ੍ਰਤ, ਆਪਣੇ ਆਪ ਨੂੰ ਕੀੜਾ ਲਿਖਿਆ ਹੈ। ਵਚਿੱਤਰ ਨਾਟਕ ਦੀ ਸੰਥਿਆ ਵਿੱਚ ਆਵੇਗਾ, ਅੱਗੇ ਜਦੋਂ ਤੁਸੀਂ ਸੰਥਿਆ ਕਰੋਗੇ। ਮਹਾਰਾਜ ਨੇ ਆਪਣੇ ਆਪ ਨੂੰ ਕੀੜੀ ਕੀੜਾ ਕਰਕੇ ਲਿਖਿਆ ਹੈ। ਔਰ ਗੁਰਬਾਣੀ ਵਿੱਚ ਵੀ ਕਈ ਜਗ੍ਹਾ 'ਤੇ ਆਉਂਦਾ ਹੈ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਔਰ ਨਾਨਕ ਨੀਚ ਕਹੇ ਵਿਚਾਰ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਣ ਤਿੱਥੇ ਤੇਰੀ ਬਖਸੀਸ। ਗੁਰਬਾਣੀ ਵਿੱਚ ਵੀ ਜਿਹੜੇ ਮਹਾਂਪੁਰਖ ਨੇ ਜਾਂ ਗੁਰੂ ਜਨ ਨੇ, ਉਹਨਾਂ ਨੇ ਆਪਣੇ ਆਪ ਨੂੰ ਨੀਚ ਕਰਕੇ ਲਿਖਿਆ ਹੈ, ਨਿਮਰਤਾ ਵਾਚਕ ਹੈ। ਉਹ ਮਹਾਂਪੁਰਖ ਆਪਣੇ ਆਪ ਨੂੰ ਭਾਈ ਕੀੜੀ ਦੇ ਸਮਾਨ ਸਮਝਦੇ ਹਨ, ਪਛਾਣਦੇ ਹਨ। ਦਰ ਹਕੀਕਤ ਬਿਹਤਰ ਅਜ ਪੀਲੇ ਦਮਾ, ਦਮਾ ਦਾ ਅਰਥ ਹੈ ਦਮਗੱਜੇ, ਪੀਲ ਨਾਮ ਹਾਥੀ ਦਾ ਹੈ। ਪਰ ਹਕੀਕਤ ਦੇ ਵਿੱਚ ਵੇਖੀਏ ਤਾਂ ਉਹ ਦਮਗੱਜੇ ਮਾਰਨ ਵਾਲੇ ਹਾਥੀ ਤੋਂ ਵੀ ਬਿਹਤਰ ਚੰਗੇ ਹੁੰਦੇ ਨੇ, ਚੰਗੇ ਸ਼ਕਤੀਸ਼ਾਲੀ ਹੁੰਦੇ ਨੇ। ਦਮਾ ਨਾਮ ਭੜਕਣ ਦਾ ਵੀ ਹੈ, ਜਿਵੇਂ ਭੱਠੀ ਵਿੱਚ ਅੱਗ ਭੜਕਦੀ ਹੈ, ਹਾਥੀ ਭੜਕ ਜਾਣ 'ਤੇ ਕਾਬੂ ਨਹੀਂ ਆਉਂਦੇ, ਭੜਕਿਆ ਹੋਇਆ ਹਾਥੀ। ਔਰ ਦਮਗੱਜੇ ਮਾਰਨ ਵਾਲਾ ਹਾਥੀ ਇਸ ਪ੍ਰਕਾਰ ਅਰਥ ਕਰਦੇ ਨੇ ਗੁਣੀ ਜਨ। ਅਜ ਮੈਨੇ ਤੋਂ ਬੇਹ ਨਾ ਮੈਨੇ ਚੰਗਾ, ਅਤੇ ਤਰ ਮੈਨੇ ਬਹੁਤ ਚੰਗਾ। ਉਹ ਆਪਣੇ ਆਪ ਨੂੰ
ਦਮਗੱਜੇ ਮਾਰਨ ਵਾਲੇ ਹਾਥੀ ਤੋਂ ਵੀ ਚੰਗਾ ਨਹੀਂ ਸਮਝਦੇ, ਕੀੜੀ ਸਮਝਦੇ ਨੇ। ਪਰ ਵਾਸਤਵ ਦੇ ਵਿੱਚ, ਹਕੀਕਤ ਦੇ ਵਿੱਚ, ਦਰ ਕਹੀਏ ਵਿੱਚ, ਹਕੀਕਤ ਦੇ ਵਿੱਚ ਵੇਖੀਏ ਤਾਂ ਉਹ ਦਮਗੱਜੇ ਮਾਰਨ ਵਾਲੇ ਹਾਥੀ ਤੋਂ ਵੀ ਉੱਚੇ ਹੁੰਦੇ ਹਨ। ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਜਾਂਪਦਾ ਹੈ ਕਿ ਉਹ ਬਹੁਤੇ ਭਿਆਨਕ ਨੇ, ਬਹੁਤੇ ਗਰੀਬੜੇ ਨੇ, ਸਾਰੀ ਦੁਨੀਆ ਦੇ ਚਰਨਾਂ ਦੀ ਧੂੜ ਨੇ, ਉਹ ਹੈ ਹੀ ਕੁਛ ਨਹੀਂ। ਪਰ ਵਾਸਤਵ ਦੇ ਵਿੱਚ ਵੱਡੇ ਵੱਡੇ ਹਾਥੀ ਵੀ ਉਹਨਾਂ ਦੇ ਅੱਗੇ ਆ ਕੇ ਗੋਡੀਆਂ ਟੇਕ ਦਿੰਦੇ ਨੇ। ਭਗਤ ਕਬੀਰ ਸਾਹਿਬ ਜੀ ਨੂੰ ਉਸ ਸਮੇਂ ਦੀ ਹਕੂਮਤ ਨੇ, ਜਾਬਰ ਹਕੂਮਤ ਨੇ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਸੀ, ਦਮਗੱਜੇ ਮਾਰਨ ਵਾਲੇ ਹਾਥੀ ਦੇ ਅੱਗੇ। ਔਰ ਜਦੋਂ ਹਾਥੀ ਚੜ੍ਹ ਕੇ ਆਇਆ ਭਗਤ ਕਬੀਰ ਸਾਹਿਬ ਵੱਲ, ਉਹ ਗੋਡੀਆਂ ਟੇਕ ਕੇ ਗੁਰੂ ਖਾਲਸਾ ਜੀ ਭਗਤ ਜੀ ਨੂੰ ਮੱਥਾ ਟੇਕ ਗਿਆ, ਚਰਨਾਂ ਦੇ ਉੱਪਰ ਢਹਿ ਪਿਆ। ਕਹਿਣ ਤੋਂ ਭਾਵ ਵੇਖਣ ਦੇ ਵਿੱਚ ਉਹ ਕੀੜੀ ਦੇ ਸਮਾਨ ਹੁੰਦੇ ਨੇ, ਪਰ ਦਮਗੱਜੇ ਮਾਰਨ ਵਾਲੇ ਹਾਥੀ ਵੀ ਉਹਨਾਂ ਦੇ ਚਰਨਾਂ ਵਿੱਚ ਆ ਕਰਕੇ ਗਿੜਗਿੜਾਉਂਦੇ ਨੇ, ਡਿੱਗਦੇ ਹਨ। ਹਰ ਕਿਵੇਂ ਬੀਨੀ ਹਮੈ ਹੈਰਾਨ ਸਾਂ। ਹਾਂ, ਕਹਿੰਦੇ ਉਹ ਕਿ ਅਸੂ ਦੀਨਾ, ਜੋ ਵੀ ਕੁਝ ਤੂੰ ਮੇਰੇ ਬਚਨਾਂ ਰਾਹੀਂ ਬੀਨੀ ਦੇਖਦਾ ਪਿਆ ਏ, ਸੁਣਦਾ ਪਿਆ ਏ, ਇਹ ਸੁਣ ਕੇ ਹੈਰਾਨ ਨਾ ਹੋ। ਸਾਰੇ ਉਹ ਮਹਾਂਪੁਰਖਾਂ ਦੀ ਐਸੀ ਅੰਦਰ ਦੀ ਅਵਸਥਾ ਨੂੰ ਜਾਣ ਕੇ ਹੈਰਾਨ ਹੁੰਦੇ ਨੇ। ਹੈਰਾਨੇ ਸ਼ਾਂ ਸ਼ਾਂ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਨੂੰ ਵੇਖ ਕੇ ਹਮਾਂ ਸਾਰੇ ਹੀ ਹੈਰਾਨ ਹੁੰਦੇ ਨੇ, ਕਿਉਂਕਿ ਉਹ ਹੈਰਾਨ ਕੁਨ ਕੌਤਕਾਂ ਦੇ ਮਾਲਕ ਹੁੰਦੇ ਨੇ। ਉਹਨਾਂ ਦੇ ਸਾਰੇ ਕੌਤਕ ਦੁਨੀਆਂ ਦੇ ਉੱਪਰ ਹੈਰਾਨੀ ਫੈਲਾਉਣ ਵਾਲੇ ਹੁੰਦੇ ਨੇ। ਇਸ ਲਈ ਜੋ ਤੂੰ ਵੇਂਹਦਾ ਪਿਆ ਨਾ, ਵੇਖ ਕੇ ਹੈਰਾਨ ਜਿਹਾ ਨਾ ਹੋ। ਕਿਉਂਕਿ ਜਦੋਂ ਭਾਈ ਆਨੰਦ ਲਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੇ ਸਾਜਿਆਂ ਦੀ ਅਵਸਥਾ ਕਹਿੰਦੇ ਪਏ ਸਨ, ਉਸ ਵਕਤ ਗਿਆਸੂਦੀਨ ਨੇ ਮੂੰਹ ਅੱਡ ਲਿਆ, ਐਂ ਹੱਥ ਕਰ ਲਿਆ ਜਿਵੇਂ ਹੈਰਾਨ ਜਿਹਾ ਹੁੰਦਾ ਹੈ। ਤਾਂ ਕਹਿੰਦੇ ਉਹ ਹੁਣ ਤੂੰ ਮੇਰੇ ਵੱਲ ਵੇਖ ਕੇ ਹੈਰਾਨ ਨਾ ਹੋ, ਹਰ ਕੇ ਜੋ ਕੁਝ ਮੈਂ ਕਹਿੰਦਾ ਪਿਆ ਹਾਂ ਇਸ ਨੂੰ ਸੁਣ ਕੇ ਸੁਣਨ ਵਾਲੇ ਉਹ ਸਾਰੇ ਹੀ ਹੈਰਾਨ ਹੋ ਜਾਂਦੇ ਹਨ, ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਜਿਹੜੇ ਕੌਤਕ ਹੁੰਦੇ ਆ ਨਾ, ਉਹ ਹੈਰਾਨ ਕੁਨ ਹੁੰਦੇ ਨੇ। ਹਮਾ ਮੈਨੇ ਸਾਰੇ ਅਤੇ ਸ਼ਾਮ ਮੈਨੇ ਉਹਨਾਂ ਜਾਂ ਉਹ। ਬੀਨ ਨਾਮ ਵੇਖਣ ਦਾ ਹੈ, ਜੇ ਹੋਵੇ ਬੀਨਮ ਮੈਂ ਵੇਖਦਾ, ਬੀਨਦ ਉਹ ਵੇਖਦਾ ਅਤੇ ਬੀਨੀ ਤੂੰ ਵੇਖਦਾ। ਤੂੰ ਮੇਰੇ ਵੱਲ ਵੇਖ ਕੇ ਮੇ ਮੈਨੇ ਹੋਣਾ, ਮੇ ਦਾ ਅਰਥ ਹੁਣ ਹੁੰਦਾ ਹੈ। ਹਰ ਕੇ ਮੈਨੇ ਜੋ ਕੁਝ ਮੈਂ ਕਹਿੰਦਾ ਪਿਆ ਉਹ ਸੁਣ ਕੇ ਤੂੰ ਮੇਰੇ ਵੱਲ ਵੇਖ ਕੇ ਹੈਰਾਨ ਨਾ ਹੋ, ਕਿਉਂਕਿ ਜੋ ਵੀ ਸ਼ਾਂ ਉਹਨਾਂ ਮਹਾਂਪੁਰਖਾਂ ਦੇ ਕੌਤਕ ਸੁਣਦਾ ਉਹ ਸਾਰੇ ਹੈਰਾਨ ਹੋ ਜਾਂਦੇ ਨੇ। ਉਹ ਸਾਰੀਆਂ ਸ਼ਕਤੀਆਂ ਨੂੰ ਵੇਖ ਕੇ ਹੈਰਾਨ ਕੁਨ ਹੋ ਜਾਂਦੇ ਹਨ। ਸਾਨੇ ਸ਼ਾਂ ਬਿਹਤਰ ਬਵਦ ਅਜ਼ਿਮ ਤਿਹਾਂ। ਹਾਂ, ਕਹਿੰਦੇ ਜਦੋਂ ਰੱਬ ਉਹਨਾਂ ਮਹਾਂਪੁਰਖਾਂ ਦੇ ਇਮਤਿਹਾਨ ਲੈਂਦਾ ਹੈ ਨਾ, ਰੱਬ ਵੀ ਇਮਤਿਹਾਨ ਲੈਂਦਾ ਲੈਂਦਾ ਹੰਭ ਜਾਂਦਾ ਹੈ, ਰੱਬ ਵੀ ਹੈਰਾਨ ਕੁਨ ਹੋ ਜਾਂਦਾ ਹੈ, ਕਿਉਂਕਿ ਉਹਨਾਂ ਮਹਾਂਪੁਰਖਾਂ ਦੀ ਸ਼ਾਨ ਰੱਬ ਦੇ ਲਏ ਹੋਏ ਇਮਤਿਹਾਨਾਂ ਤੋਂ ਵੀ ਉੱਚੀ ਹੁੰਦੀ ਹੈ, ਚੰਗੀ ਹੁੰਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰੱਬ ਪਰਖਾਂ ਬੜੀਆਂ ਲੈਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿੰਨੀਆਂ ਪਰਖਾਂ ਲਈਆਂ ਬਾਬੇ ਮੰਝ ਦੀਆਂ।
ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ, ਸੇਵਾ ਕਰਨੀ, ਆਖਣਾ ਮਾਂ ਜੀ ਜਿੰਨੀ ਸੇਵਾ ਕੀਤੀ ਉਹਨਾਂ 'ਤੇ ਖਾ ਲਿਆ, ਸੇਵਾ ਦਾ ਕਿਆ ਫਾਇਦਾ ਹੈ। ਜੂਠੀਆਂ ਸਿੱਖਾਂ ਦੀਆਂ ਪੱਤਲਾਂ ਥਾਲੀਆਂ ਮਾਂਜ ਮਾਂਜ ਕੇ ਜੂਠ ਖਾ ਖਾ ਕੇ ਗੁਜ਼ਾਰਾ ਕਰਨਾ, ਪਰ ਗੁਰੂ ਸਾਹਿਬ ਜੀ ਨੇ ਤਾਂ ਵੀ ਖੁਸ਼ ਨਾ ਹੋਣਾ, ਪਰਖਾਂ ਲਈਆਂ ਜਾਣੀਆਂ। ਔਰ ਇੱਕ ਦਿਨ ਸਿਆਲੀ ਰੁੱਤ ਵਿੱਚ ਮੀਂਹ ਪੈਂਦਾ ਸੀ, ਬਾਲਣ ਲੈਣ ਗਏ, ਖੂਹ ਵਿੱਚ ਡਿੱਗ ਪਏ। ਸੁਲਤਾਨ ਵਿੰਡੋ ਖੂਹ ਬਣਿਆ ਹੈ, ਔਰ ਬਾਲਣ ਨਹੀਂ ਡਿੱਗਣ ਦਿੱਤਾ, ਆਪ ਠਰੂ ਠਰੂ ਠੰਡੇ ਪਾਣੀ ਵਿੱਚ ਕਰੀ ਜਾਂਦੇ ਨੇ। ਗੁਰਾਂ ਨੂੰ ਪਤਾ ਲੱਗਾ, ਸਾਹਿਬ ਜੀ ਮੰਜੀ ਸਾਹਿਬ ਵਾਲੇ ਅਸਥਾਨ ਤੋਂ ਭੱਜ ਕੇ ਗਏ, ਔਰ ਜਦੋਂ ਰੱਸਾ ਪਾਇਆ ਨਾ ਭਾਈ ਮੰਝ ਨੂੰ ਬਾਹਰ ਕੱਢਣ ਲਈ, ਕਹਿਣ ਲੱਗੇ ਮੇਰੀ ਨਹੀਂ ਕੋਈ ਗੱਲ ਗਰੀਬ ਨਿਵਾਜ, ਸਿਆਲੀ ਰੁੱਤ ਹੈ, ਮੀਂਹ ਦੇ ਦਿਨ ਨੇ, ਕਿਤੇ ਬਾਲਣ ਨਾ ਭਿੱਜ ਜਾਵੇ, ਲੰਗਰ ਵਿੱਚ ਵਰਤਣਾ ਹੈ। ਸਾਹਿਬ ਜੀ ਹੈਰਾਨ ਹੋ ਗਏ ਭਾਈ ਮੰਝ ਦੀ ਅਵਸਥਾ ਵੇਖ ਕਰਕੇ। ਇਮਤਿਹਾਨ ਲੈਂਦੇ ਲੈਂਦੇ ਗੁਰੂ ਸਾਹਿਬ ਜੀ ਨੇ ਗੱਲ ਭਰ ਲਿਆ, ਕਹਿਣ ਲੱਗੇ ਮੰਝ ਜੀ ਬੜੇ ਖੁਸ਼ ਹਾਂ, ਮੰਗੋ ਕੀ ਮੰਗਣਾ ਹੈ। ਔਰ ਮਹਾਰਾਜ ਨੇ ਇੱਥੋਂ ਤੱਕ ਆਖ ਦਿੱਤਾ, ਮੰਝ ਗੁਰੂ ਕਾ ਬੋਹੇ ਤਾ ਜਗ ਲੰਘਣਹਾਰਾ, ਭਾਈ ਮੰਝ ਜਿਹੜਾ ਤੇਰਾ ਨਾਮ ਲਊ ਦਰਗਾਹ ਵਿੱਚ ਜਾ ਕੇ, ਅਸੀਂ ਉਹਨੂੰ ਪਾਰ ਸੱਚਖੰਡ ਵਿੱਚ ਨਿਗਾ ਦਾਂਗੇ। ਮੰਗ ਕੀ ਮੰਗਣਾ ਹੈ? ਆਖਣ ਲੱਗੇ ਗੁਰੂ ਗਰੀਬ ਨਿਵਾਜ, ਏਡੀ ਕਿਸੇ ਦੀ ਸਖ਼ਤ ਪਰਖ ਨਾ ਲਿਓ, ਕਲਯੁਗ ਹੈ, ਏਡਾ ਔਖਾ ਪਰਖਾਂ ਵਿੱਚੋਂ ਪਾਰ ਨਹੀਂ ਲੰਘਿਆ ਜਾਂਦਾ। ਸਾਹਿਬ ਜੀ ਕਹਿਣ ਲੱਗੇ, ਤੂੰ ਤੇ ਇਮਤਿਹਾਨ ਦੇ ਕਰਕੇ ਇਮਤਿਹਾਨਾਂ ਦੀ ਵੀ ਇੰਤਹਾ ਕਰ ਦਿੱਤੀ ਹੈ, ਤੇਰੀ ਸ਼ਾਨ ਇਮਤਿਹਾਨਾਂ ਤੋਂ ਵੀ ਉੱਚੀ ਹੈ। ਕਹਿੰਦੇ ਖੁਦਾ ਵੀ ਉਹਨਾਂ ਮਹਾਂਪੁਰਖਾਂ ਦੇ ਇਮਤਿਹਾਨ ਲੈਂਦਾ ਲੈਂਦਾ ਅੰਬ ਜਾਂਦਾ ਹੈ। ਗੁਰੂ ਜਨ ਪੀਰ ਜਨ ਵੀ ਅੰਬ ਜਾਂਦੇ ਨੇ, ਉਹਨਾਂ ਦੀ ਸ਼ਾਨ ਉਹਨਾਂ ਮਹਾਂਪੁਰਖਾਂ ਦੀ ਜਿਹੜੇ ਗੁਰਾਂ ਦੇ ਸਾਜੇ ਨੇ। ਰੱਬੀ ਪੀਰੀ ਇਮਤਿਹਾਨਾਂ ਤੋਂ ਵੀ ਬਿਹਤਰ ਮੈਨੇ ਚੰਗੀ ਉੱਚੀ ਬਵਦ ਮੈਨੇ ਹੁੰਦੀ ਹੈ, ਸ਼ਾਮ ਮੈਨੇ ਉਹਨਾਂ ਮਹਾਂਪੁਰਖਾਂ ਦੀ। ਇਮਤਿਹਾਨ ਵੀ ਗੁਰੂ ਖਾਲਸਾ ਜੀ ਉਹਨਾਂ ਦੀ ਕਰਨੀ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ। ਸੋਹਬਤੇ ਮਰਦਾਨੇ ਹਕ ਬਾਸਦ ਕਰਮ, ਸਾਹਿਬ ਜੀ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਿਵਾਜੇ ਮਰਦ ਸੂਰਮੇ ਨੇ, ਉਹ ਕਰਮ ਮੈਨੇ ਬਖਸ਼ਿਸ਼ ਕਰਨ ਵਾਲੀ, ਬਾਸ਼ਦ ਮੈਨੇ ਹੁੰਦੀ ਹੈ, ਬਾਸ਼ ਮੈਨੇ ਹੁੰਦੀ ਅਤੇ ਦ ਨਾਮ ਅੰਨਿਆ ਪੁਰਖ ਦਾ ਹੈ। ਉਹਨਾਂ ਦੀ ਸੰਗਤ ਮਿਹਰਬਾਨਗੀ ਵਾਲੀ ਹੁੰਦੀ ਹੈ, ਬਖਸ਼ਿਸ਼ ਕਰਨ ਵਾਲੀ ਹੁੰਦੀ ਹੈ। ਮਰਦਾਨ ਦਾ ਅਰਥ ਮਰਦ ਹੈ ਅਤੇ ਹੱਕ ਨਾਮ ਸੱਚੇ ਗੁਰੂ ਗੋਬਿੰਦ ਸਿੰਘ ਜੀ, ਅਤੇ ਸੋਹਬਤ ਨਾਮ ਸੰਗਤ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਜਾਂ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਮਰਦ ਮਹਾਂਪੁਰਖਾਂ ਦੀ ਸੰਗਤ ਸਾਰਿਆਂ ਦੇ ਉੱਪਰ ਭਾਈ ਕਿਰਪਾ ਕਰਨ ਵਾਲੀ ਹੁੰਦੀ ਹੈ। ਕੋਈ ਮੁਸਲਮਾਨ ਚਲਿਆ ਜਾਵੇ, ਕੋਈ ਹਿੰਦੂ ਚਲਿਆ ਜਾਵੇ, ਕੋਈ ਸਿੱਖੜਾ ਚਲਿਆ ਜਾਵੇ, ਉਹ ਸਾਰਿਆਂ ਉੱਪਰ ਮਿਹਰਬਾਨਗੀ ਕਰਦੇ ਹਨ। ਦੌਲਤੇ ਕਾਰਾ ਨਾ ਬਾਸਦ ਹੇਚ ਗਮ, ਉਹਨਾਂ ਦੀ ਸੰਗਤ ਦੇ ਵਿੱਚੋਂ ਜਿਹੜੀ ਨਾਮ ਧਨ ਦੀ ਦੌਲਤ ਪ੍ਰਾਪਤ ਹੁੰਦੀ ਹੈ, ਕਿ ਮੈਨੇ ਜੋ ਆ ਉਹਨਾਂ ਦੀ ਸੰਗਤ ਦੇ ਵਿੱਚੋਂ ਜੋ ਇਹ ਦੌਲਤ ਪ੍ਰਾਪਤ ਹੁੰਦੀ ਹੈ, ਇਸ ਦੌਲਤ ਨੂੰ ਪ੍ਰਾਪਤ ਕਰਕੇ ਰਾਧਾਰਥ ਨੂੰ ਹੇਚ ਮੈਨੇ ਕੋਈ ਵੀ ਫਿਰ ਗਮ ਨਾ ਬਾਸ਼ਦ ਮੈਨੇ ਨਹੀਂ ਹੁੰਦਾ ਹੈ। ਇਹ ਨਾਮ ਧਨ ਦੀ ਦੌਲਤ ਪ੍ਰਾਪਤ ਕਰਕੇ ਨਾ ਫਿਰ ਮਨ ਨੂੰ ਕੋਈ ਗਮ ਨਹੀਂ ਲੱਗਦਾ,
ਸਾਰੇ ਗਮ ਦੂਰ ਹੋ ਜਾਂਦੇ ਨੇ, ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਈਦਾ ਹੈ। ਵੱਡਾ ਭਾਗ ਸਤ ਸੰਗਤ ਪਾਈ, ਹਰ ਹਰ ਨਾਮ ਰਹਿਆ ਭਰਪੂਰ। ਵੱਡਿਆਂ ਭਾਗਾਂ ਨਾਲ ਪਰੰਤੂ ਉਹ ਸੰਗਤ ਲੱਭਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੀ ਨਾਮ ਸਮਾਇਆ ਹੁੰਦਾ ਹੈ। ਜਿਸ ਸੰਗਤ ਵਿੱਚ ਆ ਦਾ ਅਰਥ ਹੈ ਕਿ ਆ, ਇਹ ਫਾਰਸੀ ਦੇ ਬੜੇ ਗੁਰੂ ਖਾਲਸਾ ਜੀ ਸ਼ੋਰਟ ਜਿਹੇ ਲਫਜ਼ ਨੇ, ਦੋ ਦੋ ਲਫਜ਼ਾਂ ਤੋਂ ਇੱਕ ਲਫਜ਼ ਬਣਿਆ ਹੈ ਕਿ ਮੈਨੇ ਜੋ ਅਤੇ ਆ ਮੈਨੇ ਉਹ, ਇਸ ਤਰੀਕੇ ਨਾਲ ਅਰਥ ਹੁੰਦੇ ਨੇ। ਖੁਦ ਬਜ਼ੁਰਗ ਹਰ ਕਸੇ ਬਸਾਨ ਸ਼ਸਤ, ਹਾਂ ਖੁਦ ਕਹੀਏ ਆਪਣੇ ਆਪ ਦੇ ਵਿੱਚ ਹੀ ਉਹ ਬਜ਼ੁਰਗ ਸਿਆਣੇ ਮਹਾਂਪੁਰਖ ਹੁੰਦੇ ਨੇ, ਮਹਾਨ ਹੁੰਦੇ ਨੇ, ਖੁਦ ਆਪ ਤੇ ਉਹ ਬਜ਼ੁਰਗ ਮਹਾਨ ਹੁੰਦੇ ਨੇ। ਬਜ਼ੁਰਗ ਉਹ ਮੈਨੇ ਉਹ, ਖੁਦ ਤੇ ਉਹ ਬਜ਼ੁਰਗ ਹੁੰਦੇ ਨੇ। ਔਰ ਹਰ ਕਸੇ ਬਾ ਸ਼ਾਨ ਸਸਤ, ਹਰ ਕਸੇ ਮੈਨੇ ਹਰੇਕ ਕੋਈ ਮਨੁੱਖ, ਜੋ ਮਨੁੱਖ ਉਹਨਾਂ ਦੇ ਸਾਥ ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠਦਾ ਹੈ ਨਾ, ਉਹ ਆਪ ਤੇ ਮਹਾਨ ਹੁੰਦੇ ਹੀ ਨੇ, ਆਪ ਤੇ ਪੂਜਨੀਕ ਬ੍ਰਹਮ ਗਿਆਨੀ ਹੁੰਦੇ ਹੀ ਨੇ। ਫਿਰ ਉਹਨਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਦੇ ਅੰਗ ਸੰਗ ਹੋ ਕੇ ਜਿਹੜਾ ਵੀ ਕੋਈ ਮਨੁੱਖ ਭਾਈ ਬੈਠਦਾ ਹੈ, ਬਜ਼ੁਰਗੇ ਆਫਤ ਤਾਂ ਹਰ ਜਾ ਕੇ ਹਸਤ, ਹਾਂ ਕਹਿੰਦੇ ਉਹ ਵੀ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਜਾ ਕੇ ਬਹਿੰਦਾ ਹੈ। ਜਿਵੇਂ ਬਾਬਾ ਬਿਸ਼ਨ ਸਿੰਘ ਜੀ ਬਕਾਲੇ ਸਾਹਿਬ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ, ਉਹ ਆਪ ਤੇ ਬ੍ਰਹਮ ਗਿਆਨੀ ਸਨ, ਉਹਨਾਂ ਦੀ ਸੰਗਤ ਵਿੱਚ ਬਾਬਾ ਪਾਲਾ ਸਿੰਘ ਜੀ ਗਏ, ਉਹ ਵੀ ਬ੍ਰਹਮ ਗਿਆਨੀ ਹੋ ਗਏ। ਬਾਬਾ ਕੀਰਤਨ ਸਿੰਘ ਜੀ ਗਏ, ਉਹ ਵੀ ਬ੍ਰਹਮ ਗਿਆਨੀ ਹੋ ਗਏ। ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਗਏ, ਬਾਬਾ ਮੱਖਣ ਸਿੰਘ ਜੀ, ਬਾਬਾ ਗੱਜਣ ਸਿੰਘ ਜੀ, ਕਿੰਨੇ ਬ੍ਰਹਮ ਗਿਆਨੀ ਹੋ ਗਏ। ਇਸ ਲਈ ਉਹ ਆਪ ਬ੍ਰਹਮ ਗਿਆਨੀ ਹੁੰਦੇ ਨੇ ਔਰ ਦੂਜਿਆਂ ਨੂੰ ਵੀ ਬ੍ਰਹਮ ਗਿਆਨੀ ਕਰ ਦਿੰਦੇ ਨੇ। ਤਾਂ ਹੀ ਭਾਈ ਉਹਨਾਂ ਮਹਾਂਪੁਰਖਾਂ ਦੀ ਹਰੇਕ ਜਗ੍ਹਾ ਦੇ ਉੱਪਰ ਵਡਿਆਈ ਹੁੰਦੀ ਹੈ। ਖੁਦ ਬਜ਼ੁਰਗੋ, ਬਜ਼ੁਰਗ ਉਹ ਮੈਨੇ ਉਹ, ਖੁਦ ਆਪ ਤੇ ਬਜ਼ੁਰਗ ਮੈਨੇ ਬ੍ਰਹਮ ਗਿਆਨੀ ਹੁੰਦੇ ਨੇ। ਹਰ ਕਸੇ ਜੋ ਕੋਈ ਛਾਂ ਉਹਨਾਂ ਦੇ ਬਾ ਅੰਗ ਸੰਗ ਹੋ ਕੇ ਨਾਲ ਹੋ ਕੇ ਉਹਨਾਂ ਦੇ ਕੋਲ ਨਿਸ਼ਸਤ ਬੈਠਦਾ ਹੈ, ਉਹ ਵੀ ਬਜ਼ੁਰਗੀ ਬ੍ਰਹਮ ਗਿਆਨ ਦੀ ਦਾਤ ਨੂੰ ਜਾਪਤ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਔਰ ਤਾਂ ਹਰ ਜਾ ਕੇ ਹਸਤ, ਇਹ 99 ਹੋਵੇਗਾ, ਤਾਂ ਕਿ ਹਰ ਜਾ ਹਸਤ, ਤਾਂ ਹੀ ਉਹਨਾਂ ਮਹਾਂਪੁਰਖਾਂ ਦੀ ਹਰੇਕ ਜਗ੍ਹਾ 'ਤੇ ਵਡਿਆਈ ਹੁੰਦੀ ਹੈ, ਤਾਂ ਹੀ ਉਹਨਾਂ ਬ੍ਰਹਮ ਗਿਆਨੀਆਂ ਦੇ ਜਸ ਦੇ ਸੋਹਲੇ ਗਾਏ ਜਾਂਦੇ ਨੇ। ਜਾ ਮੈਨੇ ਜਗ੍ਹਾ, ਤਾਂ ਕਿ ਮੈਨੇ, ਤਾਂ ਹੀ ਹਰੇਕ ਜਗ੍ਹਾ 'ਤੇ ਉਹਨਾਂ ਮਹਾਂਪੁਰਖਾਂ ਨੇ ਵਡਿਆਈ ਪਾਈ ਹੈ। ਭਾਵੇਂ ਕੋਈ ਲੋਕ ਦੀ ਸਭਾ ਹੈ, ਭਾਵੇਂ ਕੋਈ ਪ੍ਰਲੋਕ ਦੀ ਸਭਾ ਹੈ, ਭਾਵੇਂ ਕੋਈ ਨੇਤਿਆਂ ਦੀ ਥਾਂ ਹੈ, ਭਾਵੇਂ ਕੋਈ ਧਾਰਮਿਕ ਲੋਕਾਂ ਦਾ ਸਾਥ ਹੈ, ਸਭ ਥਾਂ ਉਹਨਾਂ ਮਹਾਂਪੁਰਖਾਂ ਨੇ ਵਡਿਆਈ ਪ੍ਰਾਪਤ ਕੀਤੀ ਹੈ, ਜਿਹੜੇ ਦੂਜਿਆਂ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦਿੰਦੇ ਨੇ। ਤਾਂ ਹੀ ਉਹ ਹਰੇਕ ਜਗ੍ਹਾ ਦੇ ਉੱਪਰ ਮਾਣ ਪ੍ਰਾਪਤ ਕਰਦੇ ਹਨ। ਹਸਤ ਮੈਨੇ ਹੈਨ। ਔਰ ਗੁਰੂ ਖਾਲਸਾ ਜੀ ਖੁਦ ਦੀ ਜਗ੍ਹਾ ਦੇ ਉੱਪਰ ਖੁਰਦੋ ਪਾਠ ਵੀ ਹੈ। ਖੁਰਦੋ ਬਜ਼ੁਰਗ, ਖੁਰਦ ਮੈਨੇ ਛੋਟਾ, ਬਜ਼ੁਰਗ ਮੈਨੇ ਵੱਡਾ, ਉਹ ਮੈਨੇ ਅਤੇ ਖੁਰਦ ਉਹ ਬਜ਼ੁਰਗ।
ਛੋਟਾ ਜਾਂ ਵੱਡਾ ਜੋ ਵੀ ਕੋਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠਦਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ, ਉਹ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂ ਹੀ ਉਹਨਾਂ ਬ੍ਰਹਮ ਗਿਆਨੀਆਂ ਨੇ ਹਰੇਕ ਜਗ੍ਹਾ 'ਤੇ ਵਡਿਆਈਆਂ ਮਾਣ ਸਤਿਕਾਰ ਨੂੰ ਪਾਉਣਾ ਕੀਤਾ ਹੈ। ਇਸ ਤਰੀਕੇ ਨਾਲ ਇਹ ਦੂਸਰੇ ਗੁਰੂ ਖਾਲਸਾ ਜੀ ਪਾਠ ਦਾ ਅਰਥ ਬਣਦਾ ਹੈ। ਰੱਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ, ਪਾਰਸ ਮਾਨੋ ਤਾਬੋ ਛੂਏ ਕਣਕ ਹੋਤ ਨਹੀਂ ਬਾਰ। ਗੁਰੂ ਖਾਲਸਾ ਜੀ ਪਾਰਸ ਦੇ ਨਾਲ ਤਾਂਬਾ ਛੂ ਜਵੇ ਨਾ ਉਹ ਸੋਨਾ ਹੋ ਜਾਂਦਾ ਹੈ। ਬ੍ਰਹਮ ਗਿਆਨੀਆਂ ਦੇ ਨਾਲ ਲੱਗ ਕੇ ਭਾਈ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਹਨ। ਹਰ ਕਸੇ ਕੂਖ ਵੇਸਰਾ ਵਿਸ਼ਨਾਖਤ ਹੈ। ਜਿਸ ਪੁਰਖ ਨੇ ਭਾਈ ਆਪਣੇ ਆਪ ਨੂੰ ਸ਼ਨਾਖਤ ਮੈਨੇ ਪਛਾਣ ਲੈਣਾ ਕੀਤਾ ਹੈ, ਸ਼ਨਾਖਤਾ ਮੈਨੇ ਪਛਾਣਿਆ ਹੋਇਆ ਹੈ। ਜਿਸ ਕਿਸੇ ਉਸ ਮਨੁੱਖ ਨੇ ਆਪਣੇ ਆਪ ਨੂੰ ਭਾਈ ਪਛਾਣਿਆ ਹੋਇਆ ਹੈ। ਦਰ ਤਰੀਕੇ ਬੰਦਗੀ ਪਰਦਾਖਤ ਹੈ। ਉਹ ਭਾਈ ਇਸ ਤਰੀਕੇ ਨਾਲ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਬਹੁ ਅਤੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰੋ। ਉਹ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਦੇ ਵਿੱਚ ਪਰਦਾਖਤਾ ਮੈਨੇ ਰੁੱਝਿਆ ਹੋਇਆ ਹੈ, ਰੁੱਝ ਗਿਆ ਹੈ। ਉਹਨੇ ਇਹ ਗੱਲ ਸਮਝ ਲਈ ਹੈ ਵੀ ਇੱਦਾਂ ਭਾਈ ਗੁਰੂ ਗੋਬਿੰਦ ਸਿੰਘ ਦੀ ਬੰਦਗੀ ਸੌਖੀ ਹੈ। ਜਿਸ ਕਿਸੇ ਨੇ ਆਪਣੇ ਆਪ ਨੂੰ ਸ਼ਨਾਖਤ ਪਛਾਣਨ ਦਾ ਫੈਸਲਾ ਕੀਤਾ ਹੈ, ਉਹ ਭਾਈ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਵਿੱਚ ਰੁੱਝ ਗਿਆ ਹੈ, ਲੱਗ ਗਿਆ ਹੈ। ਜ਼ਮੀਨੋ ਆਸਮਾਂ ਪੁਰ ਅਸ ਖੁਦਾਸਤ। ਉਹ ਗਿਆ ਸੁਦੀਨਾ, ਤੈਨੂੰ ਓੜਕ ਦੀ ਗੱਲ ਦੱਸਾਂ, ਇਹ ਸੰਸਾਰ ਅਤੇ ਉਹ ਸੰਸਾਰ, ਜ਼ਮੀਨ ਅਤੇ ਅਸਮਾਨ ਮੇਰੇ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦੇ ਨਾਲ ਭਰਿਆ ਹੋਇਆ ਹੈ। ਇਹ ਜਹਾਨ 'ਤੇ ਵੀ ਮੇਰੇ ਮਾਲਕ ਦੀ ਉਸਤਤ, ਉਸ ਜਹਾਨ 'ਤੇ ਵੀ ਮੇਰੇ ਮਾਲਕ ਦੀ ਕੀਰਤੀ ਦੇ ਸੋਹਲੇ, ਉਸ ਮਾਲਕ ਦੇ ਨੂਰ ਨਾਲ ਦੋਨੋਂ ਜਹਾਨ ਭਰੇ ਹੋਏ ਹਨ। ਆਲਮੇ ਹਰ ਸੂ ਦਵਾ ਕਾ ਸਹਿ ਖੁਜਾਸਤ। ਸਾਰਾ ਸੰਸਾਰ ਉਸ ਗੁਰੂ ਗੋਬਿੰਦ ਸਿੰਘ ਜੀ ਵੱਲ ਦੌੜਿਆ ਫਿਰਦਾ ਹੈ, ਲੱਭਦਾ ਫਿਰਦਾ ਹੈ। ਉਹ ਸ਼ਾਹ ਕਿੱਥੇ ਵੱਸਦਾ ਹੈ ਜਿਸ ਦਾ ਨੂਰ ਦੋਨਾਂ ਜਹਾਨਾਂ ਦੇ ਵਿੱਚ ਹੈ, ਜਿਸ ਦੇ ਨੂਰ ਦੇ ਨਾਲ ਦੋਨੋਂ ਜਹਾਨ ਚਮਕ ਰਹੇ ਨੇ। ਕਾਂ ਮੈਨੇ ਕੇ ਆ ਆ, ਉਹ ਸ਼ਾਹ ਗੁਰੂ ਗੋਬਿੰਦ ਸਿੰਘ ਕੁਜਾ ਕਿੱਥੇ ਅਸਤ ਹੈ। ਸੂ ਮੈਨੇ ਤਰਫ ਦਮਾਂ ਮੈਨੇ ਦੌੜਨ ਦਾ ਹੈ। ਆਲਮ ਨਾਮ ਸੰਸਾਰ ਦਾ, ਸਾਰਾ ਸੰਸਾਰ ਉਸ ਗੁਰੂ ਗੋਬਿੰਦ ਸਿੰਘ ਜੀ ਵੱਲ ਦੌੜਿਆ ਫਿਰਦਾ ਕਿ ਉਹ ਬਾਜਾਂ ਵਾਲਾ ਕਿੱਥੇ ਬੈਠਾ ਹੈ। ਜਿਵੇਂ ਗੁਰਬਾਣੀ ਵਿੱਚ ਲਿਖਿਆ ਨਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਆਇਆ, ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਗੁਰਮੁਖ ਵਿਰਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਕਹਿੰਦੇ ਉਹ ਗਿਆਸੂ ਦੀਨਾ, ਸਾਰਾ ਇਹ ਲੋਕ ਅਤੇ ਪਰਲੋਕ ਉਸ ਗੁਰੂ ਗੋਬਿੰਦ ਸਿੰਘ ਦੇ ਨੂਰ ਨਾਲ ਭਰਿਆ ਹੈ, ਜਿਹੜਾ ਮੇਰਾ ਖੁਦਾ ਹੈ, ਔਰ ਮੈਨੇ ਭਰਿਆ ਉਸ ਨਾਲ। ਔਰ ਸਾਰੇ ਨੂਰ ਨੂੰ ਵੇਖ ਕਰਕੇ ਨੂਰ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਣ ਵਾਸਤੇ ਉਸ ਗੁਰੂ ਗੋਬਿੰਦ ਸਿੰਘ ਵੱਲ ਸਾਰੇ ਸੰਸਾਰ ਦੌੜੇ ਫਿਰਦੇ ਨੇ। ਇਹ ਲੋਕ ਹੀ ਪਰਲੋਕ ਹੀ ਸਾਰੇ ਬ੍ਰਹਿਮੰਡ ਦੌੜੇ ਫਿਰਦੇ ਨੇ।
ਕਿ ਉਹ ਸ਼ਾਹ ਮਾਲਕ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਜਿਸ ਦੇ ਨੂਰ ਤੋਂ ਇਹ ਸਾਰੇ ਸੰਸਾਰ ਜਗਮਗਾ ਰਹੇ ਹਨ। ਜਿਵੇਂ ਹਰਨ ਦੀ ਧੁੰਨੀ ਵਿੱਚ ਹੀ ਕਸਤੂਰੀ ਹੁੰਦੀ ਹੈ, ਉਹਨੂੰ ਸੁਗੰਧੀ ਆਉਂਦੀ ਹੈ ਪਰ ਸਮਝ ਨਹੀਂ ਆਉਂਦੀ ਵੀ ਇਹ ਸੁਗੰਧੀ ਮੇਰੀ ਧੁੰਨੀ ਵਿੱਚੋਂ ਆ ਰਹੀ ਹੈ, ਉਹ ਬਾਹਰ ਜੰਗਲ ਵਿੱਚ ਢੰਡੋਲਦਾ ਫਿਰਦਾ ਏ। ਇੰਝ ਲੋਕ ਵੱਖ ਵੱਖ ਧਰਮਾਂ ਰੂਪੀ ਰਾਹਾਂ ਉੱਪਰ ਚੱਲ ਕੇ ਕੋਈ ਮੰਦਰਾਂ ਵਿੱਚੋਂ, ਕੋਈ ਮਸੀਤਾਂ ਵਿੱਚੋਂ, ਕੋਈ ਗਿਰਜਿਆਂ ਵਿੱਚੋਂ ਉਸ ਗੁਰੂ ਗੋਬਿੰਦ ਸਿੰਘ ਨੂੰ ਲੱਭਦਾ ਫਿਰਦਾ ਹੈ, ਪਰ ਉਹ ਗੁਰੂ ਗੋਬਿੰਦ ਸਿੰਘ ਤੇ ਹਿਰਦੇ ਵਿੱਚ ਵਿਦਿਆਮਾਨ ਹੈ, ਉਹਦੇ ਤੇਰੇ ਮਨ ਵਿੱਚ ਵੀ ਬੈਠਾ ਹੈ ਔਰ ਮੇਰੇ ਮਨ ਵਿੱਚ ਵੀ ਬੈਠਾ ਹੈ, ਜਿਸ ਦੇ ਨੂਰ ਦੇ ਨਾਲ ਦੋਨੋਂ ਜਹਾਨ ਰੋਸ਼ਨ ਹੋ ਰਹੇ ਨੇ। ਉਹ ਮਿੱਟੀ ਦੀਆਂ ਮਾਧਵਾ ਕਿੱਥੇ ਤੁਰਿਆ ਫਿਰਦਾ ਹੈ, ਉਹਦੇ ਤੇਰੇ ਅੰਦਰ ਬੈਠਾ ਹੈ, ਜਿਹਦੇ ਦਰ ਵੱਲ ਨੂੰ ਆਪਾਂ ਤੁਰੇ ਜਾਂਦੇ ਹਾਂ। ਦਹ ਬਰ ਦੀਦਾਰ ਹਕ ਗਰ ਮੁਬਤ ਲਾਸਤ ਹੋ ਗਿਆ ਸੁਦੀਨਾ। ਇੱਕ ਮੇਰੀ ਗੱਲ ਸੁਣ ਲਾ, ਜੇ ਤੇਰੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਮੋਹਿਤ ਹੋ ਜਾਣ, ਮੁਬਤਲਾ ਦਾ ਅਰਥ ਹੁੰਦਾ ਮੋਹਿਤ, ਗਰ ਮੈਨੇ ਜੇਕਰ, ਦੀਦਾਰ ਮੈਨੇ ਦਰਸ਼ਨ ਅਤੇ ਦੀਦਾ ਮੈਨੇ ਨੇਤਰ, ਜੇ ਤੇਰੇ ਨੇਤਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੇ ਬਾਰੇ ਉੱਪਰ ਗਰ ਜੇਕਰ ਮੁਬਤਲਾ ਮੈਨੇ ਮੋਹਿਤ ਹੋ ਜਾਣ, ਤੇਰੇ ਨੇਤਰਾਂ ਨੂੰ ਇੱਕੋ ਇੱਕ ਤੜਫ ਲੱਗ ਜਾਵੇ ਕਿ ਵੇਖਣਾ ਤੇ ਗੁਰੂ ਗੋਬਿੰਦ ਸਿੰਘ ਵੇਖਣਾ, ਵੇਖਣਾ ਤੇ ਗੁਰੂ ਗੋਬਿੰਦ ਸਿੰਘ ਦਾ ਦੀਦਾਰ ਵੇਖਣਾ, ਜੇਕਰ ਤੇਰੇ ਨੇਤਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਉੱਪਰ ਮੋਹਿਤ ਹੋ ਜਾਣ। ਹਰ ਚਿਹਮੇ ਬੇਨੀ ਬਚ ਸਮਤ ਹੱਕ ਨੂੰ ਮਾਸਤ, ਫਿਰ ਗੁਰੂ ਗੋਬਿੰਦ ਸਿੰਘ ਜੀ ਇੰਨੀ ਕਿਰਪਾ ਕਰ ਦੇਣਗੇ ਗਿਆਸੂ ਦੀਨਾ ਤੇਰੀਆਂ ਅੱਖਾਂ ਦੇ ਉੱਤੇ, ਹਰ ਚੇ ਮੈਨੇ ਜੋ ਕੁਝ ਵੀ ਮੇ ਹੁਣ ਬਿਨੀ ਤੂੰ ਵੇਖੇਗਾ ਨਾ, ਉਹ ਗੁਰੂ ਗੋਬਿੰਦ ਸਿੰਘ ਹੀ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚਸ਼ਮ ਮੈਨੇ ਨੇਤਰ ਤਾਂ ਮੈਨੇ ਤੇਰੇ, ਤੇਰੇ ਨੇਤਰਾਂ ਦੇ ਸਾਹਮਣੇ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਹੀ ਨੁਮਾ ਮੈਨੇ ਦਿਖਾਈ ਦੇਣਗੇ, ਤੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਦੀਦਾਰ ਪ੍ਰਾਪਤ ਹੋਵੇਗਾ। ਜਿੱਧਰ ਵੇਖੇਗਾ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ, ਗੁਰੂ ਗੋਬਿੰਦ, ਸਾਰੇ ਪਾਸੇ ਤੈਨੂੰ ਦਿਖਾਈ ਦੇਵੇਗਾ। ਆਪਣੇ ਨੇਤਰਾਂ ਨੂੰ ਆਖ ਸਾਹਿਬ ਦੇ ਦਰਸ਼ਨਾਂ ਨੂੰ ਤੁਲ ਜਾਣ, ਸਾਹਿਬ ਦੇ ਦਰਸ਼ਨਾਂ ਤੋਂ ਕੁਰਬਾਨ ਹੋਣ, ਸਾਹਿਬ ਦੇ ਦਰਸ਼ਨਾਂ ਤੇ ਮੋਹਿਤ ਹੋਣ। ਹਰ ਕੇ ਸਾਰਾ ਦੀਦ ਹੱਕ ਰਾ ਦੀਦ ਅਸਤ ਹੋ ਗਿਆ ਸੁਦੀਨਾ। ਤੈਨੂੰ ਇੱਕ ਗੱਲ ਦੱਸਾਂ, ਜਿਸ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ, ਉਸ ਮੇਰੇ ਮਾਲਕ ਨੂੰ ਦੀਦ ਵੇਖਿਆ ਏ, ਸਮਝ ਲਓ ਉਸਨੇ ਹੱਕ ਸੱਚਾ ਖੁਦਾ ਹੀ ਵੇਖ ਲੈਣਾ ਕੀਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੇਰਾ ਖੁਦਾ ਮਕਬਰਿਆਂ ਵਿੱਚ, ਮਸਜਿਦਾਂ ਵਿੱਚ ਨਹੀਂ ਉਹ ਵੱਸਦਾ, ਉਹ ਤੇਰਾ ਖੁਦਾ ਤੇਰੇ ਈਮਾਨ ਦੇ ਬੰਧਨ ਵਿੱਚ ਨਹੀਂ ਉਹ ਬੱਝਿਆ ਹੋਇਆ, ਤੇਰਾ ਖੁਦਾ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਵੱਸਦਾ ਏ। ਹਰ ਕੇ ਜਿਸ ਕਿਸੇ ਨੇ ਛਾਂ ਰਾ ਉਸ ਗੁਰੂ ਗੋਬਿੰਦ ਸਿੰਘ ਨੂੰ ਦੀਦ ਵੇਖ ਲਿਆ, ਮੈਂ ਸਮਝਦਾ ਹੱਕ ਰਾ ਸੱਚੇ ਖੁਦਾ ਰਾ ਨੂੰ ਦੀਦਾ ਮੈਨੇ ਦੇਖ ਲੈਣਾ ਕੀਤਾ ਅਸਤ ਮੈਨੇ ਹੈ।
ਉਸਨੇ ਸੱਚੇ ਰੱਬ ਨੂੰ ਹੀ ਭਾਈ ਵੇਖ ਲੈਣਾ ਕੀਤਾ ਹੈ। ਤਰੀਕੇ ਬੰਦਗੀ ਫਹਮੀ ਦਇਆਸਤ, ਕਹਿੰਦੇ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਨਾ, ਸਮਝ ਲਓ ਉਸਨੇ ਖੁਦਾ ਦੀ ਬੰਦਗੀ ਦਾ ਤਰੀਕਾ ਫਹਮੀਦਾ ਮੈਨੇ ਸਮਝ ਲੈਣਾ ਕੀਤਾ ਅਸਤ ਹੈ। ਉਹਨੂੰ ਸਮਝ ਆ ਗਈ ਵੀ ਖੁਦਾ ਦੀ ਬੰਦਗੀ ਕਿਵੇਂ ਕਰਨੀ, ਉਹਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਹੀ ਖੁਦਾ ਏ, ਗੁਰੂ ਗੋਬਿੰਦ ਦੀ ਭਗਤੀ ਕਰ ਲਓ, ਆਪਣੀ ਰਸਨਾ ਤੋਂ ਕਹਿ ਲਓ ਇੱਕ ਵਾਰੀ ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ। ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਕਰ ਲਈ, ਸਮਝ ਲਓ ਉਹਨੇ ਖੁਦਾ ਦੀ ਭਗਤੀ ਕਰ ਲਈ ਹੈ। ਆਖੋ ਸਤਨਾਮ ਵਾਹਿਗੁਰੂ। ਇਸ ਲਈ ਨੇਤਰਾਂ ਨੂੰ ਆਖੀਏ, ਨੇਤਰੋ ਮੇਰਿਓ ਹਰ ਤੁਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਆਖੀਏ ਆਪਣੇ ਨੇਤਰਾਂ ਨੂੰ, ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਿਆ ਉਹਨੇ ਰੱਬ ਨੂੰ ਵੇਖ ਲਿਆ। ਉਹ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਉਹਨੂੰ ਸਮਝ ਆ ਗਈ ਖੁਦਾ ਦੀ, ਰਾਮ ਦੀ, ਵਾਹਿਗੁਰੂ ਦੀ ਬੰਦਗੀ ਦੀ ਲੋੜ ਨਹੀਂ, ਅਕਾਲ ਪੁਰਖ ਨੂੰ ਮੰਨਣ ਦੀ ਲੋੜ ਨਹੀਂ, ਗੁਰੂ ਗੋਬਿੰਦ ਦੀ ਬੰਦਗੀ ਕਰ ਲਓ, ਖੁਦਾ ਦੀ, ਰਾਮ ਦੀ, ਅਕਾਲ ਦੀ ਬੰਦਗੀ ਆਪਣੇ ਆਪ ਹੀ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਰਜਿਆ ਕਰੰਗੀ ਅਜਬ ਰੰਗ ਯਾਰ ਦਸ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਦੇ ਨਾਲ ਜਕ ਰੰਗੀ ਮੈਨੇ ਇੱਕ ਰੰਗ ਵਿੱਚ ਹੋ ਜਾਣਾ, ਇੱਕ ਸਾਰ ਹੋ ਜਾਣਾ, ਇੱਕ ਮਿਕ ਹੋ ਜਾਣਾ। ਤਰਜ ਮੈਨੇ ਮਰਯਾਦਾ, ਗੁਰੂ ਚਰਨਾਂ ਦੇ ਨਾਲ ਇੱਕ ਮਿਕ ਹੋਣ ਦੀ ਜਿਹੜੀ ਮਰਯਾਦਾ ਹੈ, ਉਸ ਮਰਯਾਦਾ ਦਾ ਅਜਬ ਅਨੋਖਾ ਰੰਗ ਉਹ ਮਹਾਂਪੁਰਖ ਆਪਣੇ ਮਨ ਵਿੱਚ ਆਰਦ ਲੈ ਆਉਂਦਾ ਹੈ, ਆਰ ਮੈਨੇ ਲੈ ਆਉਂਦਾ ਹੈ, ਦ ਅਨਿਆ ਪੁਰਖ ਵਾਸਤੇ ਹੈ, ਅਸ਼ ਪੜਨਾਮ ਹੈ। ਇੱਕ ਹੁੰਦਾ ਨਾਮ, ਇੱਕ ਹੁੰਦਾ ਪੜਨਾਮ। ਨਾਮ ਕਹਿੰਦੇ ਨੇ ਜਿਹੜਾ ਸਿੱਧਾ ਮਨੁੱਖ ਦਾ ਨਾਮ ਹੈ, ਜਿਵੇਂ ਆਖਣਾ ਰਾਮ ਸਿੰਘ ਮੇਰੀ ਗੱਲ ਸੁਣ, ਰਾਮ ਸਿੰਘ ਨਾਮ ਹੈ, ਉਹ ਮੇਰੀ ਗੱਲ ਸੁਣ, ਉਹ ਪੜਨਾਮ ਹੈ। ਫਾਰਸੀ ਦੇ ਵਿੱਚ ਕਿਰਿਆਵਾਚੀ ਸ਼ਬਦਾਂ ਦੇ ਪਿੱਛੇ ਜਾ ਕੇ ਪੜਨਾਮ ਲੱਗਦਾ, ਇਹ ਫਾਰਸੀ ਦੀ ਇੱਕ ਵਿਆਕਰਨ ਹੈ, ਇੱਕ ਮਰਿਆਦਾ ਹੈ। ਅਤੇ ਦ ਅਨਿਆ ਪੁਰਖ ਵਾਸਤੇ ਕਿਰਿਆਵਾਚੀ ਸ਼ਬਦ ਹੈ ਅਸ਼ ਪੜਨਾਮ ਹੈ। ਜਿਹਨੇ ਗੁਰੂ ਗੋਬਿੰਦ ਨੂੰ ਖੁਦਾ ਸਮਝ ਲਿਆ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਨਾਲ ਇੱਕ ਮਿਕ ਹੋਣ ਦੀ ਜਿਹੜੀ ਮਰਯਾਦਾ ਹੈ, ਉਸ ਦਾ ਅਨੋਖਾ ਰੰਗ ਸਮਝ ਲਓ ਆਪਣੇ ਮਨ ਵਿੱਚ ਲੈ ਆਉਂਦਾ ਹੈ। ਉਹਨੂੰ ਪੱਕਿਆਂ ਹੀ ਪਤਾ ਲੱਗ ਗਿਆ ਵੀ ਗੁਰੂ ਚਰਨਾਂ ਦੇ ਨਾਲ ਇੱਕ ਮਿਕ ਕਿਵੇਂ ਹੋਣਾ ਹੈ ਭਾਈ। ਅਸ ਬਦਨ ਨੂਰੇ ਖੁਦਾ ਮੇ ਬਾਰ ਦਸ, ਫਿਰ ਕਹਿੰਦੇ ਉਸ ਦੇ ਬਦਨ ਚਿਹਰੇ ਤੋਂ ਮੇਰੇ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੇ ਨੂਰ ਦੀ ਬਾਰਦ ਵਰਖਾ ਹੁੰਦੀ ਹੈ। ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਖੁਦਾ ਰੂਪ ਕਰਕੇ ਜਾਣ ਲਿਆ �ੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਨੇ ਉਹਨਾਂ ਚਰਨਾਂ ਦੇ ਬ੍ਰਹਮ ਗਿਆਨੀ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਬ੍ਰਹਮ ਗਿਆਨੀ। ਹੋਈ ਭਲਚੁਕ ਦੀ ਖਿਮਾ ਜੀ।
ਅੱਗੇ ਤੋਂ ਸਮਤ ਬਖਸ਼ਿਓ। ਤਰਸ ਜਗ ਰੰਗੀ ਅਜਬ ਰੰਗ ਆਰ ਦਸ਼ ਕਸ ਬਦਨ ਨੂਰੇ ਖੁਦਾ ਮੇ ਬਾਰ ਦਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।